ਤੇ ਜਿਹੜਾ ਇਹਨਾਂ ਦਾ ਭੋਜਨ ਹੁੰਦਾ ਰੋਟੀ ਦਾਲ ਦਾਲ ਦੇ ਵਿੱਚ ਨਾ ਤਾਂ ਇਹ ਪਿਆਜ਼ ਪਾਉਂਦੇ ਨੇ ਨਾ ਲਸਣ ਪਾਉਂਦੇ ਨੇ ਤੇ ਨਾ ਟਮਾਟਰ ਪਾਉਂਦੇ ਨੇ ਤੋਂ ਇਹ ਨਹਾਉਣਾ ਵੀ ਨਹੀਂ ਕਹਿੰਦੇ ਪਸੰਦ ਕਰਦੇ ਹੁੰਦੇ ਸੀ ਪੁਰਾਣੇ ਟਾਈਮਾਂ ਦੇ ਵਿੱਚ ਕਿਉਂਕਿ ਕਹਿੰਦੇ ਜਿਹੜੇ ਸਾਡੇ ਸਰੀਰ ਤੇ ਕੀਟਾਣੂ ਲੱਗੇ ਹੋਏ ਨੇ ਜਦੋਂ ਅਸੀਂ ਨਹਾਵਾਂਗੇ ਤਾਂ ਉਹ ਕੀਟਾਣੂ ਵੀ ਮਰਨਗੇ ਤਾਂ ਜੀਵ ਹੱਤਿਆ ਹੋਊਗੀ ਤੇ ਪੌੜੀਆਂ ਚੜ੍ਹਨ ਤੋਂ ਬਾਅਦ ਨਾ ਅੱਗੇ ਐਵੇਂ ਪਲੇਨ ਰਾਹ ਵੀ ਆ ਜਾਂਦਾ ਅੱਗੇ ਜਾ ਕੇ ਫਿਰ ਪੌੜੀਆਂ ਆਉਣਗੀਆਂ 250-300 ਪੌੜੀ ਉਹ ਹੋਊਗੀ ਤਾਂ 2,000-2,500 ਪੌੜੀਆਂ ਆਪਾਂ ਨੂੰ ਚੜ੍ਹਨੀਆਂ ਪੈਣਗੀਆਂ ਜੇ ਤੇ ਦੋਨੇ ਪਹਾੜਾਂ ਦੇ ਵਿੱਚ ਸਿੱਧਾ ਰਾਹ ਜਿਹੜਾ ਬਣਿਆ ਹੋਇਆ ਨਾ ਸਿਰਫ ਇੰਨਾ ਕੀ ਆਲ ਉਦੋਂ ਬਾਅਦ 2016 ਦੇ ਵਿੱਚ ਬਣ ਕੇ ਤਿਆਰ ਹੋਈ ਆ ਤੇ ਇਹ ਮੂਰਤੀ ਕਿਤੋਂ ਵੀ ਬਾਹਰੋਂ ਨਹੀਂ ਲਿਆਂਦੀ ਗਈ ਮੰਨ ਲਓ ਇਹ ਪਹਾੜ ਆ ਤਾਂ ਇਹ ਪਹਾੜ ਦੀ ਕੱਟ ਵੱਢ ਕਰਕੇ ਇਹਦੇ ਉੱਤੇ ਮੂਰਤੀ ਘੜਤੀ ਏ ਸਵੇਰ ਦਾ ਟਾਈਮ ਆ ਜੀ 7 ਵਜੇ ਦਾ ਤੇ ਰਾਤ ਆਹ ਥਾਂ ਦੇ ਉੱਤੇ ਟੈਂਟ ਲਾਇਆ ਸੀ ਹੋਟਲ ਵਾਲਿਆਂ ਨੇ ਕਿਹਾ ਵੀ ਇੱਥੇ ਸ਼ੇਰ ਸ਼ੂਰ ਚੀਤਾ ਚੂਤਾ ਕੁਛ ਨਹੀਂ ਆਉਂਦਾ ਤੁਸੀਂ ਆਰਾਮ ਨਾਲ ਪੈ ਜਾਓ ਕਹਿੰਦੇ ਅਸੀਂ ਵੀ ਖੁੱਲ੍ਹੇ 'ਚ ਹੀ ਪੈਂਦੇ ਹਾਂ ਅਤੇ ਜਦੋਂ ਮੈਂ ਰਾਤ ਦੇਖਿਆ ਆਪੇ ਬਾਰ ਬੂਰ ਉਡਾ ਕੇ ਪੈ ਗਈ ਕਿਸੇ ਪਾਸੇ ਲੰਘਣ ਦਾ ਕੋਈ ਰਾਹ ਨਹੀਂ ਅਤੇ ਫਿਰ ਮੈਂ ਬਾਹਰ ਪਿਆ ਰਿਹਾ ਪਰ ਆਪਣੇ ਨਾਲ ਇੱਧਰਲੇ ਪਾਸੇ ਦੁਕਾਨ ਖੋਲ੍ਹੀ ਸੀ ਚਾਹ ਵਾਲੀ ਅਤੇ ਠੰਡ ਸੀ ਰਾਤ ਮੈਨੂੰ ਪਤਾ ਲੱਗਿਆ ਵੀ ਮਹਾਰਾਸ਼ਟਰ ਦੇ ਵਿੱਚ ਗਰਮੀ ਹੋਣੀ ਪਰ ਨਾ ਜੀ ਤਰੇਲ ਪਈ ਹੋਈ ਸੀ ਸਵੇਰੇ ਟੈਂਟ ਦੇ ਉੱਤੇ ਹੁਣ ਮਾੜਾ ਜਿਹਾ ਸੁੱਕ ਗਿਆ ਮੋਟਰਸਾਈਕਲ ਸਾਰਾ ਗਿੱਲਾ ਹੋਇਆ ਪਿਆ ਦੇਖੋ ਅਤੇ ਹੁਣ ਇੱਧਰਲੇ ਪਾਸੇ ਅੱਗ ਸੇਕਦੇ ਹਾਂ ਅਤੇ ਨਾਲੇ ਚਾਹ ਪੀਂਦੇ ਹਾਂ ਫਿਰ ਘੰਟੇ ਕੁ ਤੱਕ ਆਪਾਂ ਨਿਕਲਾਂਗੇ ਇੱਥੋਂ ਮਹਾਰਾਸ਼ਟਰ ਦਾ ਟਰੈਕ ਕਰਨ ਵਾਸਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਨਵੇਂ ਵਲੌਗ ਨਵੀਂ ਵੀਡੀਓ ਦੇ ਵਿੱਚ ਸਵੇਰ ਦਾ ਟਾਈਮ ਆ ਜੀ 8 ਵਜੇ ਦਾ ਰਾਤ ਢਾਬੇ ਦੇ ਬਾਹਰ ਟੈਂਟ ਲਾਇਆ ਸੀ ਅਤੇ ਜਿਹੜਾ ਵਿਚਾਲੇ ਮੁੰਡਾ ਬੈਠਾ ਇਹ ਮਾਲਕ ਸੀ ਇੱਥੋਂ ਦੇ ਅਤੇ ਸਵੇਰੇ ਸਦੇਹਾਂ ਨਿਕਲਣਾ ਸੀ ਮੈਂ ਕਿਹਾ ਚਲੋ 7 ਵਜੇ ਤੱਕ ਨਿਕਲ ਜਾਂਗੇ ਪਰ ਰਾਤ ਤਰੇਲ ਪੈ ਗਈ ਟੈਂਟ ਸਾਰਾ ਗਿੱਲਾ ਹੋ ਗਿਆ ਹੁਣ ਟੈਂਟ ਪਿੱਛੇ ਉੱਧਰਲੇ ਪਾਸੇ ਨਾ ਲੱਕੜਾਂ ਦੇ ਸੁੱਕਣਾ ਪਾਇਆ ਹੋਇਆ ਅੱਜ ਦੀ ਵੀਡੀਓ ਦਾ ਅਪਡੇਟ ਦੇ ਦਈਏ ਕਿ ਅੱਜ ਆਪਾਂ ਜਾਵਾਂਗੇ ਜੀ ਮਹਾਰਾਸ਼ਟਰ ਦੇ ਇੱਕ ਨਿੱਕੇ ਜਿਹੇ ਟਰੈਕ 'ਤੇ ਜਿਹਦਾ ਨਾਮ ਹੈਗਾ ਮਾਂਗੀ ਤੁੰਗੀ ਟਰੈਕ ਆ ਦੋ ਪਹਾੜ ਪੈਂਦੇ ਨੇ ਇੱਕ ਪਹਾੜ ਦਾ ਨਾਮ ਹੈਗਾ ਮਾਂਗੀ ਅਤੇ ਦੂਜੇ ਪਹਾੜ ਦਾ ਨਾਮ ਹੈਗਾ ਤੁੰਗੀ ਅਤੇ ਜੈਨ ਧਰਮ ਦਾ ਇੱਕ ਬਹੁਤ ਵੱਡਾ ਤੀਰਥ ਸਥਾਨ ਇਹ ਆਪਾਂ ਕਾਫੀ ਤੀਰਥ ਸਥਾਨਾਂ 'ਤੇ ਗਏ ਹਾਂ ਅੱਡ ਅੱਡ ਧਰਮਾਂ ਦੇ ਤੀਰਥ ਸਥਾਨਾਂ 'ਤੇ ਗਏ ਹਾਂ ਪਰ ਇਹ ਪਹਿਲੀ ਵਾਰੀ ਹੋ ਰਿਹਾ ਕਿ ਅਸੀਂ ਜੈਨ ਧਰਮ ਵਾਲਿਆਂ ਦਾ ਤੀਰਥ ਸਥਾਨ ਦੇਖਣ ਚੱਲੇ ਹਾਂ ਉਹ ਵੀ ਜਿਹੜਾ ਬਹੁਤ ਫੇਮਸ ਆ ਉੱਥੇ 108 ਫੁੱਟ ਦੀ ਉੱਚੀ ਮੂਰਤੀ ਬਣੀ ਹੋਈ ਆ ਜਿਹੜੀ ਕਿ ਟੋਟਲ 22 ਸਾਲਾਂ ਦੇ ਵਿੱਚ ਬਣੀ ਹੈ 2017 ਦੇ ਵਿੱਚ ਬਣ ਕੇ ਕੰਪਲੀਟ ਹੋਈ ਆ ਅਤੇ ਅੱਜ ਦੀ ਟੈਕਨੋਲੋਜੀ ਦੇ ਵਿੱਚ ਤੁਸੀਂ ਲਾ ਲਓ ਹਿਸਾਬ ਵੀ ਉਹਨੂੰ ਬਣਾਉਣ 'ਤੇ 22 ਸਾਲ ਲਾ ਕੇ 22 ਸਾਲਾਂ 'ਚ ਤਾਂ ਤਾਜ ਮਹਿਲ ਬਣ ਗਿਆ ਸੀ ਹੈ ਨਾ ਅਤੇ ਇਸ ਮੂਰਤੀ ਨੂੰ 22 ਸਾਲਾਂ ਦੇ ਵਿੱਚ ਬਣੀ ਆ ਇਹ ਮੂਰਤੀ ਅਤੇ ਕੀ ਸੀ ਇਹਦੇ ਵਿੱਚ ਖਾਸੀਅਤ ਇਹ ਜੀ ਵੀ ਇਹਨੂੰ ਇੰਨਾ ਟਾਈਮ ਲੱਗ ਗਿਆ ਸਾਰਾ ਕੁਛ ਅੱਜ ਦੇ ਵਲੌਗ ਦੇ ਵਿੱਚ ਦੱਸਾਂਗੇ ਅਤੇ ਟੋਟਲ ਕਿਹਾ ਜਾਂਦਾ 3500 ਪੌੜੀਆਂ ਨੇ ਠੀਕ ਹੈ ਸਰ ਠੀਕ ਹੈ ਪਤਾ ਤੋਂ ਚੱਲਾ ਨਹੀਂ ਆਪਕੋ ਮੈਨੇ ਕਿਆ ਬੋਲਾ ਫਿਰ ਆਪਨੇ ਕੈਸੇ ਬੋਲਾ ਠੀਕ ਹੈ ਠੀਕ ਹੀ ਹੋਗਾ ਚਲੋ ਠੀਕ ਆ ਫਿਰ ਅਤੇ ਇੱਥੇ ਅੱਗ ਸੇਕੀ ਜਾਂਦੇ ਸੀ ਕਿਉਂਕਿ ਰਾਤ ਠੰਡ ਸੀ ਯਾਰ ਸਾਹਮਣੇ ਟੈਂਟ ਸੁੱਕਣਾ ਪਾਤਾ ਲੱਕੜਾਂ 'ਤੇ ਲਓ ਜੀ 8:40 'ਤੇ ਘਰੋਂ ਨਿਕਲ ਪਏ ਹਾਂ ਮੱਠੀ ਮੱਠੀ ਠੰਡ ਜੀ ਆ ਰਾਤ ਨੂੰ ਠੰਡ ਹੋ ਗਈ ਸੀ ਜ਼ਿਆਦਾ 15 ਡਿਗਰੀ ਦੇ ਨੇੜੇ ਨੇੜੇ ਟੈਂਪਰੇਚਰ ਸੀ ਰਾਤ ਅਤੇ ਪਹਿਲਾਂ ਮੈਂ ਬਿਨਾਂ ਵਾਟਰਪਰੂਫ ਤਰਪਾਲ ਪਾ ਕੇ ਸੌਣ ਲੱਗਿਆ ਸੀ ਮੈਨੂੰ ਲੋਕਾਂ ਨੇ ਕਿਹਾ ਕਹਿੰਦਾ ਵੀ ਰਾਤ ਨੂੰ ਠੰਡ ਹੋ ਜਾਂਦੀ ਆ ਪਰ ਅਸਲ ਦੇ ਵਿੱਚ ਮਹਾਰਾਸ਼ਟਰ ਬਹੁਤ ਜ਼ਿਆਦਾ ਫੈਲਿਆ ਹੋਇਆ ਅਤੇ ਜਿਹੜੇ ਏਰੀਏ ਦੇ ਵਿੱਚ ਆਪਾਂ ਫਿਰਦੇ ਹਾਂ ਨਾ ਇੱਥੇ ਲਗਭਗ ਪੰਜਾਬ ਵਾਲੀ ਠੰਡ ਹੀ ਆ ਕਿਉਂਕਿ ਇਹ ਸਾਰਾ ਜੰਗਲ ਏਰੀਆ ਇੱਥੇ ਪਹਾੜ ਵੀ ਨੇ ਵੱਡੀਆਂ ਵੱਡੀਆਂ ਲੇਕਾਂ ਵੀ ਨੇ ਠੀਕ ਆ ਜਿਹੜਾ ਆਪਾਂ ਕਹਿੰਦੇ ਨਾ ਕਿ ਮਹਾਰਾਸ਼ਟਰ ਦੇ ਵਿੱਚ ਮੌਸਮ ਸਾਰਾ ਸਾਲ ਸੇਮ ਰਹਿੰਦਾ ਉਹ ਇਹਨਾਂ ਏਰੀਆ 'ਚ ਨਹੀਂ ਹੈਗਾ ਜੀ ਉਹ ਪਰਲੇ ਏਰੀਏ 'ਚ ਆ ਜਿੱਥੇ ਸਮੁੰਦਰ ਲੱਗਦਾ ਨਾਲ ਬੰਬੇ ਗੋਆ ਹੋ ਗਿਆ ਚਲੋ ਉਹਦੀ ਥੋੜ੍ਹੀ ਜਿਹੀ ਮਾਰ ਨਾਸਿਕ ਤੱਕ ਵੀ ਰਹਿੰਦੀ ਆ ਇਹ ਤਾਂ ਜਮ੍ਹਾਂ ਗੁਜਰਾਤ ਦੇ ਬਾਰਡਰ 'ਤੇ ਪਿੰਡ ਬਣਿਆ ਹੋਇਆ ਉੱਪਰ ਦੀ ਇੱਥੋਂ ਬੰਬੇ ਗੋਆ ਹਜੇ 300 ਕਿਲੋਮੀਟਰ ਆ ਹੈ ਨਾ ਤਾਂ 300 ਕਿਲੋਮੀਟਰ 'ਤੇ ਤਾਂ ਕਿੰਨਾ ਮੌਸਮ ਚੇਂਜ ਹੋ ਜਾਂਦਾ ਜੇ ਪੰਜਾਬ ਤੋਂ ਆਪਾਂ 300 ਕਿਲੋਮੀਟਰ ਅੱਗੇ ਜਾਂਦੇ ਹਾਂ ਪਹਾੜਾਂ 'ਚ ਕਿੰਨੀ ਠੰਡ ਹੁੰਦੀ ਆ ਤਾਂ ਉਹੀ ਮਾਹੌਲ ਆ ਇੱਥੇ ਇਧਰਲੇ ਪਾਸੇ ਠੰਡ ਹੈਗੀ ਆ ਬੰਬੇ ਗੋਆ ਵਾਲੇ ਪਾਸੇ ਨਹੀਂ ਹੋਊਗੀ ਅਤੇ ਚਲੋ ਠੀਕ ਸੀ ਰਾਤ ਨੀਂਦ ਵਧੀਆ ਆ ਗਈ ਆ ਉਹ ਪਿੰਡ ਹੈਗਾ ਜੀ ਪਿੰਪਲ ਨੇਰ ਅਤੇ 10 ਕਿਲੋਮੀਟਰ ਆ ਉੱਥੇ ਢਾਬਾ ਖੁੱਲ੍ਹਾ ਹੋ ਸਕਦਾ ਅਤੇ ਬਾਈ ਹੋਰਾਂ ਨੇ ਕਿਹਾ ਸੀ ਕਹਿੰਦਾ ਅਸੀਂ ਤਾਂ 9-10 ਵਜੇ ਖੋਲ੍ਹਾਂਗੇ ਅਤੇ ਫਿਰ 9-10 ਵਜੇ ਖੋਲ੍ਹ ਕੇ ਫਿਰ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਟਾਈਮ ਲੱਗ ਸਕਦਾ ਤਾਂ ਕਰਕੇ ਚਲੋ ਹੁਣ ਪਿੰਪਲ ਨੇਰ ਦੇ ਵਿੱਚ ਆਪਾਂ ਛਕਾਏ ਕਿਉਂਕਿ ਅੱਗੇ ਕਹਿੰਦੇ ਜਿਹੜੇ ਆਪਾਂ ਟਰੈਕ ਕਰਨਾ ਨਾ ਮਾਂਗੀ ਤੁੰਗੀ ਵਾਲਾ ਟਰੈਕ
ਉੱਥੇ ਤੁਹਾਨੂੰ ਖਾਣ ਪੀਣ ਦੀ ਕੋਈ ਸੁਵਿਧਾ ਨਹੀਂ ਹੈਗੀ। ਘਰੋਂ ਹੀ ਖਾ ਪੀ ਕੇ ਜਾਓ ਜਾਂ ਨਾਲ ਲੈ ਜਾਓ। ਉੱਥੇ ਸਿਰਫ ਤੁਹਾਨੂੰ ਪਾਣੀ ਦੀਆਂ ਬੋਤਲਾਂ ਜਾਂ ਕੋਲਡ ਡਰਿੰਕ ਮਿਲ ਸਕਦਾ, ਹੋਰ ਨਹੀਂ ਕੁਛ ਮਿਲੂਗਾ। ਤੰਗੀ ਤੁੰਗੀ ਟਰੈਕ ਕੇ ਲੀਏ ਯਹਾਂ ਸੇ ਇਧਰ ਕੋ, ਠੀਕ ਹੈ ਜੀ, ਸ਼ੁਕਰੀਆ। ਕੁਛ ਖਾਣ ਦੀ ਸਲਾਹ ਬਣਾਉਂਦਾ ਸੀ ਮੈਂ, ਇਹਨਾਂ ਨੇ ਯਾਰ ਉਹੀ ਪਾਪੜ ਜੇ ਤਲ ਤਲ ਕੇ ਰੱਖ ਰੱਖੇ ਨੇ ਚਾਹ ਨਾਲ। ਖਾਣ ਦਾ ਔਖਾ ਜੋ, ਪੰਜਾਬ ਜ਼ਿਆਦਾ ਦੇਰ ਰਹਿ ਕੇ ਆ ਜਾਈਏ ਨਾ, ਐਤਕੀਆਂ ਮਹੀਨਾ ਰਹਿ ਕੇ ਆਇਆ ਘਰੇ, ਤਾਂ ਹੁਣ ਬਾਹਰ ਦਾ ਕੁਛ ਨਾ ਉਰਾਂ ਪਰਾਂ ਦਾ ਆਲਸੂ ਪਲਸੂ ਖਾਣ ਨੂੰ ਜੀ ਨਹੀਂ ਕਰਦਾ। ਅਤੇ ਜੇ ਖਾ ਵੀ ਲੈਂਦੇ ਹਾਂ ਤਾਂ ਪੰਜਾਬ ਅਤੇ ਇੱਥੋਂ ਦਾ ਫਰਕ ਆ, ਆਪਣੇ ਪੰਜਾਬੀਆਂ ਦੇ ਉਈ ਹੱਥਾਂ ਦੇ ਵਿੱਚ ਸਫਾਈ ਹੋਈ ਆ ਬਿਨਾਂ ਗੱਲ ਤੋਂ, ਠੀਕ ਆ। ਚਾਹੇ ਇੱਥੇ ਵੀ ਕਿਤੇ ਨੇ ਪੰਜਾਬੀ ਢਾਬਾ ਖੋਲਿਆ ਹੋਵੇ ਨਾ, ਉਹ ਵੀ ਬੰਦੇ ਸਫਾਈ ਨਾਲ ਕੰਮ ਕਰਨਗੇ, ਯਕੀਨ ਜਿਹਾ ਹੋ ਜਾਂਦਾ ਵੀ ਹਾਂ ਇਹ ਤਾਂ ਅਸੀਂ ਕੁੱਤਿਆਂ ਕਾਤਿਆਂ ਨੂੰ ਚੱਕ ਲੈਂਦੇ ਨੇ, ਬਿਲਡਿੰਗਾਂ ਚੱਕ ਲੈਂਦੇ ਨੇ, ਉਸ ਵਿੱਚ ਆਟਾ ਗੁੰਨ ਦਿੰਦੇ ਨੇ ਹੱਥਾਂ ਦੇ ਨਾਲ, ਐਮਰਜੈਂਸੀ 'ਚ ਤਾਂ ਖਾਣਾ ਪੈਂਦਾ, ਪਰ ਕੀ ਕਰੀਏ। ਅਤੇ ਰਾਹ ਦੇਖ ਲਓ ਕਿਵੇਂ ਦਾ, ਮਾਂਗੀ ਤੁੰਗੀ ਟਰੈਕ ਆਈ 'ਚ ਆਹ ਐਂ ਜੇ ਬੋਲਦੇ ਨੇ ਇਹ, ਪੁੱਛੋ ਇਹਨਾਂ ਨੂੰ, ਮਾਂਗੀ ਤੁੰਗੀ ਟਰੈਕ ਆ, ਮਾਂਗੀ ਤੁੰਗੀ। ਅੱਛਾ ਠੀਕ ਹੈ ਭਾਈ, ਮੱਠੀਆਂ ਹੈਗੀਆਂ ਨੇ ਆਪਣੇ ਕੋਲ, ਛੋਲੇ ਹੈਗੇ ਨੇ ਭੁੱਜੇ ਹੋਏ, ਥੱਲੇ ਖੜ ਕੇ ਖਾ ਖੂ ਲਾਵਾਂਗੇ, ਉੱਪਰ ਦਾ ਫਿਰ ਬਾਂਦਰ ਨੇ, ਬਾਂਦਰ ਅਤੇ ਫਿਰ ਛੋਲਿਆਂ ਦਾ ਤੁਹਾਨੂੰ ਪਿਆਰ ਪਤਾ ਹੀ ਆ। ਇਸ ਪਿੰਡ ਦਾ ਨਾਮ ਹੈਗਾ ਜੀ ਪਿੰਪਲ ਨੇਰ, ਅਤੇ ਜਿਹੜੇ ਮਰਜ਼ੀ ਪਾਸਿਓਂ ਆ ਜਾਓ ਤੁਸੀਂ, ਨਾਸਿਕ ਵਾਲੇ ਪਾਸਿਓਂ ਆ ਜਾਓ, ਗੁਜਰਾਤ ਵਾਲੇ ਪਾਸਿਓਂ ਆ ਜਾਓ, ਸਾਨੂੰ ਪਿੰਪਲ ਨੇਰ ਆਉਣਾ ਪਊਗਾ। ਪਿੰਪਲ ਨੇਰ ਆਉਣ ਤੋਂ ਬਾਅਦ ਹੀ ਤੁਸੀਂ ਅੱਗੇ ਟਰੈਕ ਜਾਂ ਟਰੈਕ ਵਾਲੀ ਰਾਹ ਨੂੰ ਜਾ ਸਕਦੇ ਹੋ। ਇਹ ਥੋੜ੍ਹਾ ਜਿਹਾ ਵੱਡਾ ਸ਼ਹਿਰ ਲੱਗ ਰਿਹਾ, ਖਾਣੇ ਮੇਂ ਕਿਆ, ਖਾਣੇ ਮੇਂ ਇਹ ਖਾਣੇ ਕੇ ਲੀਏ ਹੀ ਹੈ। ਤੋ ਕਹਿੰਦਾ ਤੂੰ ਕਹਿੰਦਾ ਟਾਈਮ ਹੈ। ਅੱਛਾ ਇਹ ਕਿਆ ਚੀਜ਼ ਹੈ, ਕਚੋਰੀ ਕਿਤਨੇ ਕੀ ਹੈ, ਕਾਂਦਾ ਕਚੋਰੀ ਮਤਲਬ ਪਿਆਜ਼ ਵਾਲੀ। ਅੱਛਾ ਕਾਂਦਾ ਕਚੋਰੀ ਦੇ ਦਿਓ ਫਿਰ। ਔਰ ਕਿਤਨਾ ਰਹਿ ਗਿਆ ਮਾਂਗੀ ਤੁੰਗੀ ਆ ਕੇ, ਹਾਂ ਅੱਛਾ ਗਏ ਨਹੀਂ ਕਭੀ ਮਾਂਗੀ ਤੁੰਗੀ, ਯਾਰ ਹਮ ਪੰਜਾਬ ਸੇ ਮਾਂਗੀ ਤੁੰਗੀ ਆ ਗਏ ਦੇਖਨੇ ਕੇ, ਤੂੰ ਯਹੀਂ ਸੇ ਨਹੀਂ ਗਿਆ ਕਭੀ, ਪੈਸਾ ਜੋੜ ਰਿਹਾ ਜ਼ਿਆਦਾ। ਅੱਛਾ ਅੱਛਾ ਕਿਆ ਚਟਨੀ ਕੌਣ ਸੀ ਹੈ, ਚਲੋ ਥੋੜ੍ਹੀ ਸੀ ਡਾਲ ਦਿਓ ਭਾਈ ਹੋਰਾਂ ਕੋਲ। ਹੁਣੇ ਹੁਣੇ ਕਾਂਦਾ ਕਚੋਰੀ ਖਾ ਕੇ ਹਟਿਆ, ਕਾਂਦਾ ਮਤਲਬ ਪਿਆਜ਼, ਇਸ ਤੋਂ ਕਚੋਰੀ ਬੋਲਦੇ ਹੈ ਨਾ, ਪਿਆਜ਼ ਵਾਲੀ ਕਚੋਰੀ। ਅਤੇ ਬਾਈ ਹੋਰੇ ਰਾਜਸਥਾਨ ਤੋਂ ਨੇ, ਅਤੇ ਕਹਿੰਦੇ ਅਸੀਂ ਕੱਲ੍ਹ ਹੀ ਹਜੇ ਢਾਬਾ ਖੋਲਿਆ, ਕਹਿੰਦਾ ਤੁਸੀਂ ਆ ਗਏ ਅੱਜ ਹੀ, ਅਤੇ ਮਤਲਬ ਬਈ ਮਹੂਰਤ ਨਵਾਂ ਢਾਬੇ 'ਤੇ ਆਪਾਂ ਅੱਜ ਪ੍ਰਸ਼ਾਦਾ ਪਾਣੀ ਛਕ ਗਿਆ। ਚਲੋ ਬੈਸਟ ਆਫ ਲੱਕ, ਚੱਲੇਗਾ ਕੰਮ, ਠੀਕ ਹੈ, ਇਮਾਨਦਾਰੀ ਸੇ ਕਰੋ, ਸਭ ਚਲਤਾ ਹੈ ਕੰਮ। ਚਲੋ ਵਾਪਸੀ ਮੈਂ ਮੁਝੇ ਯਹੀਂ ਸੇ ਜਾਣਾ ਪੜੇਗਾ, ਵਾਪਸੀ ਸੇ ਇੱਧਰ ਸੀ ਜਾਣਾ ਪੜੇਗਾ। ਅੱਛਾ ਅੱਛਾ ਅਗਰ ਇੱਧਰ ਸੇ ਆਇਆ ਤਾਂ ਫਿਰ ਖਾ ਕੇ ਜਾਊਂਗਾ, ਠੀਕ ਹੈ ਓਕੇ। ਅਤੇ ਖਾਧਾ ਨਵੇਂ ਢਾਬੇ ਦਾ ਇਹ ਫਾਇਦਾ ਹੋ ਜਾਂਦਾ ਵੀ ਇਹਨਾਂ ਕੋਲ ਬਾਹਲਾ ਪੁਰਾਣਾ ਤੇਲ ਨਹੀਂ ਹੋਣਾ, ਜੇ ਤੇਲ 'ਚ ਤਲ ਕੇ ਖਵਾਇਆ ਵੀ ਹੋਊਗਾ ਤਾਂ ਕੱਲ੍ਹ ਵਾਲਾ ਹੀ ਹੋਊਗਾ। ਅਤੇ ਇੱਥੋਂ ਸਾਰਾ ਹੁਣ ਆਪਾਂ ਜਾਣਾ 20 ਕਿਲੋਮੀਟਰ, ਹੋਟਲ ਵਗੈਰਾ ਰਹਿਣ ਵਾਸਤੇ ਇੱਥੇ ਹੈਗੇ ਸੀ 1000-1500 ਰੁਪਏ ਦੇ ਹੋਟਲ ਸੀ, ਫਿਰ ਮੈਂ ਕਿਹਾ ਨਹੀਂ ਯਾਰ ਆਪਾਂ ਟੈਂਟ ਲਾ ਲੈਂਦੇ ਹਾਂ, ਤਾਂ ਕਰਕੇ ਫਿਰ ਮੈਂ ਟੈਂਟ ਲਾ ਲਿਆ। ਟੈਂਟ 'ਚ ਠੀਕ ਸੀ ਮਾਹੌਲ, ਇੱਕ ਅੱਧਾ ਦਿਨ ਦਾ ਟੈਂਟ ਲੱਗ ਜਾਣਾ ਚਾਹੀਦਾ, ਹੁਣ ਜੇ ਇੰਨਾ 20-22 ਕਿਲੋ ਭਾਰ ਚੱਕਿਆ ਟੈਂਟ ਦਾ, ਸਲੀਪਿੰਗ ਬੈਗ ਚੱਕੇ ਨੇ, ਹੈ ਨਾ, ਤਾਂ ਫਿਰ ਉਹਦਾ ਫਾਇਦਾ ਤਾਂ ਹੀ ਹੈ ਜੇ ਆਪਾਂ ਕਿਤੇ ਲਾਵਾਂਗੇ, ਨਹੀਂ ਤਾਂ ਫਿਰ ਘਰ ਹੀ ਰੱਖਿਆ ਆਉਂਦਾ ਮੈਂ। ਕਿ ਮਾਂਗੀ ਤੂੰ ਕੀ ਰਹਿ ਗਿਆ ਸਾਰਾ 6 ਕਿਲੋਮੀਟਰ, ਪਿੰਪਲ ਨੇਰ ਤੋਂ ਆਪਾਂ ਆਵਾਂ ਖੱਬੇ ਪਾਸੇ ਨੂੰ, ਅਤੇ ਮੇਨ ਹਾਈਵੇ ਦੇ ਉੱਤੇ ਉੱਪਰ ਬੋਰਡ ਵੀ ਲੱਗਿਆ ਹੋਇਆ ਸ਼੍ਰੀ ਸਿੱਧ ਛੇਤਰ ਮਾਂਗੀ ਤੂੰਗੀ ਜੀ ਦਿਗੰਬਰ ਜੈਨ ਦੇਵਸਥਾਨ, ਠੀਕ ਆ, ਆ ਜਾਓ ਆ ਜਾਓ। ਅਤੇ 6 ਕਿਲੋਮੀਟਰ ਰਹਿ ਗਿਆ, ਇੱਧਰ ਰਹਿਣ ਦਾ ਵੀ ਇੰਤਜ਼ਾਮ ਆ, ਲੈ ਯਾਰ ਮੈਨੂੰ ਤਾਂ ਹੁਣ ਪਤਾ ਲੱਗਿਆ। ਅਤੇ ਆਹ ਵੀ ਬਾਈ ਚੱਲੇ ਨੇ, ਆ ਜਾਓ ਆ ਜਾਓ, ਰਹਿਣ ਦਾ ਵੀ ਇੰਤਜ਼ਾਮ ਹੈਗਾ, ਇੱਧਰ ਧਰਮਸ਼ਾਲਾ ਵੀ ਬਣੀ ਹੋਈ ਆ, ਅਤੇ
और इतने की कुछ आ जाके दस दें सोनू हूँ। रात मैनू ऐसी भी रात मैं आके इतने रह के मैं ट्रैक कर सकता सी, पर मैनू पता ही नहीं सी भी इतने रहने का इंतजाम आ। जरा खब्बे पासे तुसी देख रहे हो ना इधर, आह इन्हां दा भवन बनया होया बड़ा, तो लिखा होया उहदे उत्ते भारत लिखा कि विश्व, विश्व लिखा विश्व मतलब वर्ल्ड, विश्व की सबसे ऊंची दिगंबर जैन प्रतिमा 108 फुट, दुनिया की सब तो उच्ची मूर्ति दिगंबर जैन की बनी हुई है। दिगंबर जैन मतलब जैन धर्म वालों के नाल संबंधित है जी। सामने ना दो बोर्ड आ गए, सज्जे पासे लग्या होया बोर्ड भी मांगी तुंगी जी पहाड़ पर जाने का रस्ता, जे थोड़े को गड्डी मोटरसाइकिल नहीं हैगा ता तुसी आ पासे दी जा सकते हो, जे थोड़े को गड्डी मोटरसाइकिल हैगा फिर तुसी इधरले पासे दी जा सकते हो। इत्थे लिखा भी होया भगवान ऋषभ देव 108 फुट मूर्ति दर्शन हेतु गाड़ी से जाने का रस्ता। चलो आपां चलदे गाड़ी ने जाने वाले रास्ते। लो जी पार्किंग दे विच आपां पहुंच गए हां, ते मंदिर तो 4 किलोमीटर पहला पार्किंग हैगी आ, ते ओ 4 किलोमीटर दे विचों 3.5 किलोमीटर थोनू इन्हां दी गड्डी लैके जाऊगी, ते उदू बाद फिर 1500 पौड़ी थोनू चढ़ के उपर जाना पऊगा। टिकट इन्हां दी पार्किंग दी ते गड्डी दा उपर तो लैके थले तक थोनू वापस लियाउण दा 200 रुपए टिकट लैंदे ने। सवेरे 8 बजे मंदिर खोले जांदा ते शाम नू 5 बजे मंदिर बंद हो जांदा। 2019 ਦੇ ਵਿੱਚ ਬਣ ਕੇ 2017 ਦੇ ਵਿੱਚ ਇਹ ਮੂਰਤੀ ਬਣ ਕੇ ਤਿਆਰ ਹੋ ਗਈ ਸੀ, ਤੇ ਜਿਆਦਾ ਕੋਈ ਫੇਮਸ ਨਹੀਂ ਹੋਈ ਥਾਂ ਇਹ ਵਾਲੀ ਹਜੇ, ਤੇ ਇੱਥੇ ਰਹਿਣ ਦਾ ਇੰਤਜ਼ਾਮ ਵੀ ਹੈਗਾ, ਧਰਮਸ਼ਾਲਾ ਵੀ ਹੈਗੀ ਆ, ਪਰ ਜਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਜੈਨ ਲੋਕਾਂ ਨੂੰ। ਉਹਨਾਂ ਨੂੰ ਜਦੋਂ ਕਮਰੇ ਦਿੱਤੇ ਜਾਣਗੇ ਉਦੋਂ ਬਾਅਦ ਫਿਰ ਜਿਹੜੀ ਥਾਂ ਕ ਥਾਂ ਬਚਦੀ ਆ, ਜੇ ਕੋਈ ਹਾਲ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਥਾਂ ਵਿਹਲੀ ਹੋ ਗਈ ਫਿਰ ਉਹ ਤੁਹਾਨੂੰ ਦਿੱਤੀ ਜਾਊਗੀ, ਮਤਲਬ ਜਿਆਦਾ ਪ੍ਰੈਫਰੈਂਸ ਉਹਨਾਂ ਨੂੰ ਹੀ ਆ। ਤੇ ਇਹ ਜਾਣਕਾਰੀ ਜਿਹੜੇ ਟਿਕਟ ਕਾਊਂਟਰ ਤੇ ਬੰਦੇ ਬੈਠੇ ਨੇ ਉਹਨਾਂ ਨੇ ਸਾਨੂੰ ਦਿੱਤੀ ਆ। ਆ ਇੱਥੇ ਲਿਖਿਆ ਹੋਇਆ ਵੀ ਬਾਂਦਰਾਂ ਤੋਂ ਸਾਵਧਾਨ ਰਹੋ, ਕੋਈ ਵੀ ਖਾਣ ਪੀਣ ਦਾ ਸਮਾਨ ਨਾ ਲੈ ਕੇ ਜਾਇਓ, ਅਤੇ ਮੈਂ ਵੀਡੀਓ ਵੀ ਦੇਖੀ ਸੀ ਕਿਸੇ ਦੀ, ਸਾਰਾ ਕੁਛ ਖੋਹ ਲੈਂਦੇ ਨੇ, ਇੱਥੋਂ ਤੱਕ ਕਿ ਬੈਗ ਦੇ ਵਿੱਚ ਜੇ ਕੁਛ ਹੈਗਾ ਤਾਂ ਉਹ ਵੀ ਖੋਹ ਕੇ ਲੈ ਜਾਂਦੇ ਨੇ। ਆ ਗਈ ਗਾੜੀ, ਠੀਕ ਹੈ ਜੀ, ਸਾਹਮਣੇ ਖੜੀਆਂ ਨੇ ਗੱਡੀਆਂ, ਅਤੇ ਜ਼ਿਆਦਾਤਰ ਲੋਕ ਇੱਥੇ ਜੈਨ ਧਰਮ ਵਾਲੇ ਹੀ ਆਉਂਦੇ ਨੇ। ਲਈ ਜਾਂਦਾ ਗੱਡੀ ਕਿਤਨਾ ਜਾਏਗਾ ਉਲਟਾ, ਥੋੜ੍ਹਾ ਸਾ अच्छा नहीं सीधा हो जाएगा। ठीक है ठीक है ठीक है, साढ़े 3 किलोमीटर गड्डी ने अपन लिया के इत्थे छड़ता, तो इधरले पासे लिफ्ट लगी हुई है, लिफ्ट दे विच बह के भी तुसी उपर जा सकते हो सीधा मूर्ति दे कोल। आ बग्गियां भी इत्थों चलदियां ने, इत्थों भी चलदियां ने। इसका कितना किराया लगता है? 60 रुपये किलो के हिसाब से, 60 रुपये किलो के। तो किधर से लेके जाते हो, इस वाले रास्ते से? अच्छा अच्छा अच्छा, इधर से सीढ़ियाँ हैं इधर से, अच्छा 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 ठीक है। ये आला भाई कला राह जिहड़ा जांदा ना, ये कला मूर्ति नूं जांदा, मूर्ति देखण वास्ते आ। 60 रुपये किलो दे हिसाब नाल आह दोन्ने थोनू बिल्डिंगां ते लिजा के पहाड़ां ते ते दर्शन करा के इत्थे थोनू छड्ड जाणगे, वाशरूम वगैरह सारा कुछ इत्थे बणिया होया। 2000 दे नेड़े तेड़े पौड़ी आ, ते जे तुसीं पहलां पहाड़ करके आओगे फिर तुसीं बाद च चाहे जांदे होए मूर्ति देख लिओ, वह थोड़े अकॉर्डिंग आ। बाकी इत्थे डंडे डुंडे मिल जांदे ने पौड़ियां पूड़ियां चढ़न वास्ते। इत्थे लिखा हुआ ना तीर्थ कर श्री महावीर भगवान के चरण, इन्हों का जिहड़ा मेन गुरु सी ना उहदे पैरां दे निशान ने, ये हुण मतलब बाद च बनाए ने, हाँ बाद च ही बनाए होणगे। ते महावीर जैन धर्म वालां दा मेन गुरु सी, पता होना तुहानू, ते जिवें कैलेंडर दे विच वी महावीर जयंती मनाउंदे ने ना, तां उह जैन धर्म करके ही मनाई जांदी आ, उहदी छुट्टी भी हुंदी आ सरकारी। इक तरह दे आपां ना वाई जंक्शन ते खड़े आ, इधरों पौड़ियाँ आउंदियां ने घट्टो घट 3500 दे नेड़े तेड़े पौड़ी आ, वो सामने इत्थे गड्डियां लगियां हुई ने,
ਠੀਕ ਆ। ਜਿਹੜੇ ਪਾਸਿਓਂ ਆਪਾਂ ਆਏ ਆ ਇਧਰਲੇ ਪਾਸੇ ਕੀ ਆ ਕਿ ਤੁਸੀਂ ਗੱਡੀ ਦੇ ਵਿੱਚ ਬਹਿ ਕੇ ਆਓਗੇ 3.5 ਕਿਲੋਮੀਟਰ ਤੱਕ ਤੁਹਾਡਾ ਪੌੜੀਆਂ ਵਾਲਾ ਰਾਹ ਬਚਾ ਦੇਣਗੇ, 3500 ਦੇ ਨੇੜੇ ਤੇੜੇ 1000 ਪੌੜੀ ਫਿਰ ਵੀ ਚੜ੍ਹਨੀ ਪਊਗੀ। ਜਿਹੜੇ ਇਧਰਲੇ ਪਾਸੇ ਲੋਕ ਆ ਰਹੇ ਨੇ ਇਹਨਾਂ ਦੀ ਕੋਈ ਟਿਕਟ ਨਹੀਂ ਲੱਗੀ, ਇਹਨਾਂ ਦੀ ਟਿਕਟ ਇੱਥੇ ਆ ਕੇ ਲੱਗਣੀ ਹੈ ਸਿਰਫ 20 ਰੁਪਏ। ਉਹ 20 ਰੁਪਏ ਟਿਕਟ ਮੈਂ ਇੱਥੇ ਦੁਬਾਰੇ ਕਟਾਈ ਆ ਉੱਪਰ ਜਾਣ ਦੀ, ਪਰ ਉਹਨਾਂ ਦਾ 200 ਰੁਪਈਆ ਜਿਹੜਾ ਹੈਗਾ ਆਪਾਂ ਗੱਡੀ 'ਚ ਬਹਿ ਕੇ ਆਏ ਹਾਂ ਉਹ ਬਚ ਜੂਗਾ ਉਹਨਾਂ ਦਾ, ਉਹਨਾਂ ਨੂੰ ਤੁਰ ਕੇ ਆਉਣਾ ਪਊਗਾ ਇੱਥੋਂ, ਸਮਝ ਗਏ। ਵੀ ਜੇ 200 ਰੁਪਇਆ ਬਚਾਉਣਾ ਤੁਸੀਂ ਗੱਡੀ 'ਚ ਨਹੀਂ ਆਉਣਾ ਫਿਰ ਤਾਂ 3500 ਪੌੜੀਆਂ ਚੜ੍ਹੋ, ਜੇ 200 ਰੁਪਇਆ ਲਾ ਕੇ ਤੁਸੀਂ ਗੱਡੀ 'ਚ ਆ ਗਏ ਫਿਰ ਤੁਹਾਡੀਆਂ 3500 ਪੌੜੀਆਂ ਬਚ ਜਾਣਗੀਆਂ ਅਤੇ 2 ਘੰਟੇ ਬਚ ਜਾਣਗੇ ਅਤੇ 1000 ਪੌੜੀ ਫਿਰ ਵੀ ਤੁਹਾਨੂੰ ਉੱਪਰ ਨੂੰ ਚੜ੍ਹਨੀ ਪਊਗੀ। 2 ਪਹਾੜ ਨੇ, ਇੱਕ ਆਹ ਦੇਖੋ, ਇੱਕ ਇਹ ਆ ਪਹਾੜ ਅਤੇ ਇੱਕ ਪਹਾੜ ਇਹ ਵਾਲਾ, ਇਹਨਾਂ ਦੋਨਾਂ ਦੇ ਉੱਪਰ ਜਾਣਾ ਆਪਾਂ। ਜਿਹੜਾ ਇਧਰਲੇ ਪਾਸੇ ਸਾਹਮਣੇ ਤੁਸੀਂ ਸਭ ਤੋਂ ਉੱਚਾ ਪਹਾੜ ਦੇਖ ਰਹੇ ਹੋ ਨਾ, ਇਹਦਾ ਨਾਮ ਹੈਗਾ ਮਾਂਗੀ। ਇਹਦੇ ਨਾਲ ਨਾਲ ਇੱਥੋਂ ਪੌੜੀਆਂ ਜਾਣਗੀਆਂ ਉਹ ਐਂਡ ਤੱਕ, ਅਤੇ ਜਿਹੜਾ ਉਹ ਸੈਂਟਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਹੁਤ ਦੂਰ ਆ, ਉਹ ਧੁੰਦ ਪਈ ਹੋਈ ਆ, ਉਹਦਾ ਨਾਮ ਹੈਗਾ ਤੂੰਗੀ। ਅਤੇ ਕਹਿੰਦੇ ਇਹ ਮਾਂਗੀ ਅਤੇ ਤੂੰਗੀ ਦੋਨੇ ਪਹਾੜ ਜਿਹੜੇ ਹੈਗੇ ਨੇ ਹਿਸਟੋਰੀਕਲ ਪਹਾੜ ਨੇ, ਅਤੇ ਆਹ ਪੌੜੀਆਂ ਐਵੇਂ ਸਿੱਧੀਆਂ ਇੱਥੋਂ ਜਾ ਰਹੀਆਂ ਨੇ ਤਾਹਾਂ ਨੂੰ। ਕਾਫੀ ਦਿਨਾਂ ਦੇ ਬਾਅਦ ਟਰੈਕ ਕਰਨ ਲੱਗੇ ਹਾਂ, ਫੁੱਲਣਗੇ ਪੱਟ ਅੱਜ। 500 ਦੇ ਕਰੀਬ ਆਪਾਂ ਪੌੜੀਆਂ ਚੜ੍ਹ ਕੇ ਆ ਗਏ ਹਾਂ ਅਤੇ ਉੱਪਰ ਜਾ ਕੇ ਇੱਥੇ ਗੇਟ ਆ ਇੱਕ, ਠੀਕ ਹੈ। ਇੱਕ ਰਾਹ ਜਾਂਦਾ ਇੱਧਰਲੇ ਪਾਸੇ ਪਹਾੜ ਨੂੰ ਅਤੇ ਇੱਕ ਰਾਹ ਜਾਂਦਾ ਇੱਧਰਲੇ ਪਾਸੇ ਪਹਾੜ ਨੂੰ, ਠੀਕ ਹੈ। ਜਿਹੜਾ ਆਹ ਤਿੱਖਾ ਜਿਹਾ ਲੰਬਾ ਜਿਹਾ, ਇਹਦਾ ਨਾਮ ਹੈਗਾ ਤੂੰਗੀ, ਇੱਧਰਲੇ ਪਹਾੜ ਦਾ ਨਾਮ ਹੈਗਾ ਮਾਂਗੀ। ਅਸਲ ਦੇ ਵਿੱਚ ਨਾ ਇਹ ਇੱਕ ਹਿਸਟੋਰੀਕਲ ਪਹਾੜ ਆ, 93 ਕਰੋੜ ਸਾਧੂ ਸੰਤਾਂ ਨੇ ਉਹਨਾਂ ਦੇ ਵਿੱਚ ਕਹਿੰਦੇ ਰਾਮ ਸੀਤਾ ਹਨੂੰਮਾਨ ਜੀ ਸਾਰੇ ਆਖਰੀ ਸਮੇਂ ਦੇ ਵਿੱਚ ਕਹਿੰਦੇ ਇੱਥੇ ਰਹਿ ਕੇ ਗਏ ਨੇ ਅਤੇ ਇੱਥੋਂ ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਹੋਈ ਆ ਅਤੇ ਇੰਨਾ ਹਿਸਟੋਰੀਕਲ ਪਹਾੜ ਇਹਨੂੰ ਮੰਨਿਆ ਗਿਆ ਅਤੇ ਹੈ ਪਹਾੜ ਕਹਿੰਦੇ ਇਹ ਜੈਨ ਧਰਮ ਵਾਲਿਆਂ ਦਾ ਅਤੇ ਜੈਨ ਧਰਮ ਵਾਲੇ ਕਹਿੰਦੇ ਵੀ ਸਾਡਾ ਧਰਮ ਸਭ ਤੋਂ ਪੁਰਾਣਾ ਆ। ਮੇਰੇ ਸਰ ਸਿੱਖ ਟਰੈਵਲਰ ਕੇ ਨਾਮ ਪੇ ਆ। ਆਪ ਉੱਪਰ ਜਾ ਕੇ ਆ ਗਏ, ਆਪ ਇੱਧਰ ਜਾ ਰਹੇ ਹੋ, ਠੀਕ ਹੈ। ਉੱਪਰ ਕਿੰਨੀ ਸੀੜੀਆਂ ਹੋ ਗਈਆਂ ਵੀ? 500 ਓਏ ਹੋਏ, ਠੀਕ ਹੈ। 300 ਅੱਛਾ, ਸਭ ਸਟੈਪ ਹੈ। ਅੱਛਾ ਠੀਕ ਹੈ ਠੀਕ ਹੈ ਠੀਕ ਹੈ। ਮੇਰੇ 1 ਲੱਖ ਓ ਹੋ ਯਾਰ, ਅਗਰ ਕੰਮ ਹੋਤੇ ਫਿਰ ਹੱਥ ਨਾ ਮਿਲਾਤੇ। ਹਾਂ ਅੱਛਾ, ਹਾਂ ਵੀ ਅੱਛਾ, ਠੀਕ ਹੈ ਠੀਕ ਹੈ ਠੀਕ ਹੈ, ਓਕੇ ਜੀ। ਅਤੇ ਰਾਹ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਢਾਬਾ ਨਹੀਂ ਹੈਗਾ ਖਾਣ ਪੀਣ ਵਾਸਤੇ, ਨਾ ਕੋਈ ਪਾਣੀ ਦੀ ਬੋਤਲ, ਸਿਰਫ ਨਿੰਬੂ ਪਾਣੀ ਮਿਲਦਾ। ਪਾਣੀ ਦੀਆਂ ਬੋਤਲਾਂ ਮਿਲ ਜਾਣਗੀਆਂ ਅਤੇ ਨਿੰਬੂ ਪਾਣੀ ਪੀਣ ਨੂੰ ਮਿਲ ਜੂਗਾ ਅਤੇ ਖਾਣ ਨੂੰ ਤੁਹਾਨੂੰ ਕੁਛ ਨਹੀਂ ਮਿਲੂਗਾ। ਖਾਣ ਨੂੰ ਜੇ ਤੁਸੀਂ ਆਪਦਾ ਨਾਲ ਲੈ ਕੇ ਆਓਗੇ ਫਿਰ ਤੁਹਾਡੇ ਕੋਲੋਂ ਬਾਂਦਰ ਖੋਲਣਗੇ, ਠੀਕ ਆ। ਬੈਗ ਸੁੰਘ ਲੈਂਦੇ ਨੇ ਉਹ ਅਤੇ ਚੜ੍ਹ ਜਾਂਦੇ ਨੇ ਫਿਰ ਇਕੱਠੇ ਹੋ ਕੇ। ਅਤੇ ਪੌੜੀਆਂ ਚੜ੍ਹਨ ਤੋਂ ਬਾਅਦ ਨਾ ਅੱਗੇ ਐਵੇਂ ਪਲੇਨ ਰਾਹ ਵੀ ਆ ਜਾਂਦਾ, ਅੱਗੇ ਜਾ ਕੇ ਫਿਰ ਪੌੜੀਆਂ ਆਉਣਗੀਆਂ, 250-300 ਪੌੜੀ ਉਹ ਹੋਊਗੀ, ਤਾਂ 2-2.5 ਹਜ਼ਾਰ ਪੌੜੀਆਂ ਆਪਾਂ ਨੂੰ ਚੜ੍ਹਨੀਆਂ ਪੈਣਗੀਆਂ ਜੇ ਦੂਜੇ ਪਹਾੜ 'ਤੇ ਜਾਣਾ। ਉੱਧਰ ਵੀ ਇਹ ਥੋੜ੍ਹਾ ਜਿਹਾ ਪਹਾੜ ਦੇਖਣ ਨੂੰ ਅਲੱਗ ਜਿਹਾ ਲੱਗਦਾ ਤੂੰਗੀ ਆ ਇਹ, ਅਤੇ ਮੈਂ ਕਿਹਾ ਚੱਲ ਇਹਦੇ ਇਕੱਲੇ 'ਤੇ ਜਾ ਜਾਣਾ, ਦੂਜੇ 'ਤੇ ਆਪਾਂ ਨਹੀਂ ਜਾਂਦੇ। ਉਦੋਂ ਬਾਅਦ ਤੁਹਾਨੂੰ ਸਟੈਚੂ ਦਿਖਾ ਦਾਂਗੇ ਅਤੇ ਥੱਲੋਂ ਦਾ ਮਾਹੌਲ ਐਵੇਂ ਆ, ਠੀਕ ਹੈ। ਅਤੇ ਦੂਜੀ ਗੱਲ ਇਹ ਆ ਕਿ ਜੇ ਤੁਸੀਂ ਮੀਂਹ ਵਾਲੇ ਟਾਈਮ ਦੇ ਵਿੱਚ ਆਓਗੇ ਨਾ ਮੌਨਸੂਨ ਦੇ ਵਿੱਚ, ਹਾਂਜੀ ਹਾਂਜੀ, ਤਾਂ ਮੌਨਸੂਨ ਦੇ ਵਿੱਚ ਇੱਥੇ ਕੀ ਹੁੰਦਾ ਵੀ ਆਹ ਥਾਂ ਜਿੱਥੇ ਆਪਾਂ ਹੁਣ ਫਿਰਦੇ ਹਾਂ ਇੱਥੇ ਸਾਰਾ ਬੱਦਲ ਹੀ ਬੱਦਲ ਹੁੰਦਾ, ਠੀਕ ਆ। ਬਹੁਤ ਉੱਚੇ ਉੱਚੇ ਪਹਾੜ ਨੇ ਇਹ, ਅਤੇ ਜੇ ਇਹਨਾਂ ਦੀ ਹਾਈਟ ਦੀ ਗੱਲ ਕਰੀਏ ਨਾ ਅਤੇ ਜਿਹੜਾ ਤੂੰਗੀ ਪਹਾੜ ਆ ਇਹ ਵਾਲਾ, ਇਹ 4366 ਫੁੱਟ 'ਤੇ ਬਣਿਆ ਹੋਇਆ, ਅਤੇ ਜਿਹੜਾ ਇੱਧਰ ਹੈਗਾ ਮੰਗੀ ਇਹ ਹੈਗਾ 4343 ਫੁੱਟ 'ਤੇ, ਠੀਕ ਆ। ਉਹ ਪਹਾੜਾਂ ਵਾਲਾ ਪਹਾੜ ਨਹੀਂ ਹੈਗੇ, ਅਤੇ ਪਰ ਹਾਂ ਵੀ ਇੱਧਰਲੇ ਏਰੀਏ ਦੇ ਹਿਸਾਬ ਨਾਲ ਖਾਸੇ ਉੱਚੇ ਪਹਾੜ ਨੇ ਇਹ। ਅਤੇ ਜੇ ਤੁਹਾਨੂੰ ਇਹਦਾ ਡਰੋਨ ਸ਼ੋਟ ਦਿਖਾਈਏ ਨਾ ਜਿਹੜੀ ਜਗ੍ਹਾ ਦੇ ਉੱਤੇ ਆਪਾਂ ਫਿਰਦੇ ਹਾਂ ਇੱਧਰਲੇ ਪਾਸਿਓਂ ਅਤੇ ਇੱਧਰਲੇ ਪਾਸਿਓਂ, ਠੀਕ ਆ, ਉਹ ਸਾਰੀ ਜਿਹੜੀ ਸੜਕ ਜਾ ਰਹੀ ਆ, ਥੋੜ੍ਹਾ ਜਿਹਾ ਮੀਂਹ ਵਾਲਾ ਮੌਸਮ ਹੋਇਆ ਪਿਆ, ਫੌਗੀ ਜਿਹਾ ਮੌਸਮ ਆ, ਤਾਂ ਕਰਕੇ ਨਾ ਵੀਡੀਓ ਥੋੜ੍ਹੀ ਜਿਹੀ ਸ਼ਾਇਦ ਸਾਫ ਨਾ ਬਣ ਰਹੀ ਹੋਵੇ। ਇਹਨੂੰ ਗ੍ਰੇਟ ਵਾਲ ਆਫ ਮਹਾਰਾਸ਼ਟਰ ਵੀ ਕਿਹਾ ਜਾਂਦਾ। ਅਤੇ ਜੈਨ ਧਰਮ ਬਾਰੇ ਨਾ ਆਪਾਂ ਬਹੁਤ ਘੱਟ ਸੁਣਿਆ, ਅਤੇ ਮੈਨੂੰ ਇੰਨੀ ਨੌਲੇਜ ਵੀ ਨਹੀਂ ਹੈਗੀ ਵੀ ਮੈਂ ਤੁਹਾਨੂੰ ਕੋਈ ਖਾਸੀਆਂ ਗੱਲਾਂ ਦੱਸ ਸਕਾਂ। ਜਿੰਨਾ ਕੁ ਮੈਨੂੰ ਪਤਾ ਉਨਾ ਕੁ ਤੁਹਾਨੂੰ ਦੱਸਤਾ, ਕਿਉਂਕਿ ਜੈਨ ਧਰਮ ਦੇ ਨਾ ਅਸੀਂ ਇੱਕ ਸਥਾਨ ਦੇ ਕੋਲ ਗਏ ਸੀ ਪਰ ਉੱਥੇ ਅਸੀਂ ਅੰਦਰ ਨਹੀਂ ਗਏ। ਰਾਜਗੀਰ ਦੇ ਵਿੱਚ ਬਣਿਆ ਹੋਇਆ ਜਿਹੜੇ ਮਹਾਵੀਰ ਨੇ ਜੈਨ ਧਰਮ ਵਾਲਿਆਂ ਦੇ ਸਭ ਤੋਂ ਮੇਨ ਗੁਰੂ ਨੇ, ਆ ਇੱਧਰਲੇ ਪਾਸੇ ਬਾਂਦਰ ਬੈਠਣੀ ਆਹਦੇ, ਅਤੇ ਮਹਾਵੀਰ ਜੀ ਦੀ ਗੱਲ ਕਰਦਾ ਸੀ ਜਿਹੜੇ ਜੈਨ ਧਰਮ ਵਾਲਿਆਂ ਦੇ ਸਭ ਤੋਂ ਪਹਿਲੇ ਗੁਰੂ ਨੇ ਜਿਨ੍ਹਾਂ ਨੇ ਜੈਨ ਧਰਮ ਸ਼ੁਰੂ ਕੀਤਾ ਸੀ, ਉਹਨਾਂ ਦਾ ਜਨਮ ਸਥਾਨ ਬਣਿਆ ਹੋਇਆ ਰਾਜਗੀਰ ਦੇ ਵਿੱਚ। ਰਾਜਗੀਰ ਜਿਹੜਾ ਬਿਹਾਰ ਦੇ ਵਿੱਚ ਆ, ਉੱਥੇ ਗੁਰਦੁਆਰਾ ਸ਼ੀਤਲ ਕੁੰਡ ਗੁਰੂ ਨਾਨਕ ਦੇਵ ਜੀ ਦੀ ਯਾਦ ਦੇ ਵਿੱਚ ਵੀ ਬਣਿਆ ਹੋਇਆ, ਅਤੇ ਉੱਥੋਂ ਮੈਨੂੰ ਥੋੜ੍ਹਾ ਜਿਹਾ ਆਈਡੀਆ ਸੀ ਜੈਨ ਧਰਮ ਬਾਰੇ।
ਉੱਥੇ ਹੀ ਮੈਨੂੰ ਪਤਾ ਲੱਗਿਆ ਸੀ ਜਿਹੜਾ ਆਪਣੇ ਕੈਲੰਡਰਾਂ ਦੇ ਵਿੱਚ ਮਹਾਵੀਰ ਜਯੰਤੀ ਮਨਾਉਂਦੇ ਨੇ ਹੈ ਨਾ, ਤਾਂ ਉਹ ਮਹਾਵੀਰ ਜੈਨ ਧਰਮ ਵਾਲਿਆਂ ਦੀ ਸੀ। ਠੀਕ ਆ, ਉਹ ਮਹਾਵੀਰ ਜਯੰਤੀ ਉਹਨਾਂ ਦੇ ਨਾਂ 'ਤੇ ਮਨਾਈ ਜਾਂਦੀ ਸੀ। ਛੁੱਟੀ ਵੀ ਹੁੰਦੀ ਆ, ਸਰਕਾਰੀ ਛੁੱਟੀ ਵੀ ਹੁੰਦੀ ਆ। ਅਤੇ ਵੈਸੇ ਤੁਸੀਂ ਸੜਕਾਂ ਦੇ ਉੱਤੇ ਕਈ ਵਾਰ ਜਾਂਦੇ ਦੇਖੇ ਹੋਣਗੇ, ਮੂੰਹ 'ਤੇ ਪੱਟੀ ਬੰਨ੍ਹ ਕੇ ਰੱਖਦੇ ਨੇ, ਨੰਗੇ ਪੈਰ ਚੱਲਦੇ ਨੇ। ਅਤੇ ਜਿਹੜਾ ਇਹਨਾਂ ਦਾ ਭੋਜਨ ਹੁੰਦਾ, ਰੋਟੀ ਦਾਲ, ਦਾਲ ਦੇ ਵਿੱਚ ਨਾ ਤਾਂ ਇਹ ਪਿਆਜ਼ ਪਾਉਂਦੇ ਨੇ, ਨਾ ਲਸਣ ਪਾਉਂਦੇ ਨੇ, ਅਤੇ ਨਾ ਟਮਾਟਰ ਪਾਉਂਦੇ ਨੇ। ਜੇ ਤੁਸੀਂ ਢਾਬਿਆਂ 'ਤੇ ਜਾਓਗੇ ਨਾ, ਇੱਥੇ ਇੱਧਰਲੇ ਪਾਸੇ ਕਿਤੇ ਆਊਟ ਆਫ ਪੰਜਾਬ ਤੋਂ ਘੁੰਮਣ ਆਉਂਗੇ, ਤਾਂ ਤੁਹਾਨੂੰ ਥਾਂ ਥਾਂ ਢਾਬਿਆਂ ਦੇ ਉੱਤੇ ਜੈਨ ਫੂਡ ਲਿਖਿਆ ਮਿਲਦਾ ਅਲੱਗ ਤੋਂ। ਜੇ ਪੰਜਾਬੀ ਥਾਲੀ, ਗੁਜਰਾਤੀ ਥਾਲੀ ਐਂ ਕਹਿੰਦੇ ਨਾ, ਤਾਂ ਜੈਨ ਫੂਡ ਵੀ ਲਿਖਿਆ ਹੁੰਦਾ, ਮਤਲਬ ਵੀ ਸਾਰਾ ਬਿਨਾਂ ਉਹ ਤੋਂ ਟਮਾਟਰ ਤੋਂ, ਬਿਨਾਂ ਲਸਣ ਤੋਂ, ਬਿਨਾਂ ਗੰਢਿਆਂ ਤੋਂ ਉਹਨਾਂ ਨੂੰ ਸਬਜ਼ੀ ਬਣਾ ਕੇ ਦਿੱਤੀ ਜਾਂਦੀ ਆ। ਇਹ ਚੀਜ਼ ਦਾ ਪਤਾ, ਬਾਕੀ ਹੋਰ ਕੀ ਖਾਂਦੇ ਨੇ ਉਹਦੇ ਬਾਰੇ ਪਤਾ ਨਹੀਂ। ਨੰਗੇ ਪੈਰ ਚੱਲਦੇ ਨੇ, ਅਤੇ ਇਹ ਜਿਹੜੇ ਬੰਦੇ ਨਾ ਜੈਨ ਧਰਮ ਵਾਲੇ, ਇਹ ਬਹੁਤ ਪੋਲਾਈਟ ਲੋਕ ਨੇ, ਅਤੇ ਇਹ ਤਾਂ ਜੀਵ ਹੱਤਿਆ ਦੇ ਬਿਲਕੁਲ ਵਿਰੁੱਧ ਨੇ। ਇਹ ਤਾਂ ਕਿਤੇ ਕਿਤੇ ਮੈਨੂੰ ਇਹ ਵੀ ਸੁਣਨ ਨੂੰ ਮਿਲਿਆ, ਕਹਿੰਦੇ ਵੀ ਜਦੋਂ ਇਹ ਨਹਾਉਣਾ ਵੀ ਨਹੀਂ ਕਹਿੰਦੇ ਪਸੰਦ ਕਰਦੇ ਹੁੰਦੇ ਸੀ ਪੁਰਾਣੇ ਟਾਈਮਾਂ ਦੇ ਵਿੱਚ, ਕਿਉਂਕਿ ਕਹਿੰਦੇ ਜਿਹੜੇ ਸਾਡੇ ਸਰੀਰ 'ਤੇ ਕੀਟਾਣੂ ਲੱਗੇ ਹੋਏ ਨੇ, ਜਦੋਂ ਅਸੀਂ ਨਹਾਵਾਂਗੇ ਤਾਂ ਉਹ ਕੀਟਾਣੂ ਵੀ ਮਰਨਗੇ, ਤਾਂ ਜੀਵ ਹੱਤਿਆ ਹੋਊਗੀ। ਤਾਂ ਇਹ ਚੀਜ਼ ਬਾਰੇ ਵੀ ਅਸੀਂ ਇੱਕ ਗੁਰੂ ਨਾਨਕ ਦੇਵ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ, ਉੱਥੇ ਗੁਰੂ ਨਾਨਕ ਦੇਵ ਜੀ ਜੈਨੀਆਂ ਨੂੰ ਸਮਝਾ ਕੇ ਆਏ ਸੀ। ਅਤੇ ਉਹ ਗੁਰਦੁਆਰਾ ਸਾਹਿਬ ਹੈਗਾ ਰਾਜਸਥਾਨ ਦੇ ਵਿੱਚ ਕੋਲਾਇਤ ਜਗ੍ਹਾ ਦੇ ਉੱਤੇ ਬਣਿਆ ਹੋਇਆ ਹੈ ਨਾ। ਤਾਂ ਮਤਲਬ ਵੀ ਇੰਨਾ ਇਹ ਉਹ ਚੀਜ਼ ਨੂੰ ਲੈ ਕੇ ਮਾਰ ਮਰਈਏ ਨੂੰ ਬਹੁਤ ਪੋਲਾਈਟ ਨੇ, ਬੋਧੀਆਂ ਤੋਂ ਵੀ ਜ਼ਿਆਦਾ ਕਿਤੇ ਪੋਲਾਈਟ ਨੇ। ਆਪਾਂ ਬੋਧੀਆਂ ਨੂੰ ਪੋਲਾਈਟ ਕਹਿ ਦਿੰਦੇ ਨਾ, ਵੀ ਬੋਧੀ ਬਹੁਤ ਸਾਊ ਜੇ ਨੇ, ਸ਼ਰੀਫ ਜੇ ਨੇ, ਹਿੰਸਾ ਨਹੀਂ ਕਰਦੇ, ਤਾਂ ਇਹ ਉਹਦੇ ਨਾਲੋਂ ਵੀ 10 ਗੁਣਾ ਅੱਗੇ ਨੇ ਹਿੰਸਾ ਵਾਲੇ ਮਾਮਲੇ 'ਚ। ਮਤਲਬ ਇੰਨੇ ਕੁ ਸੋਫਟਨੈਸ ਅਤੇ ਪੋਲਾਈਟਨੈਸ ਵਾਲੇ ਨੇ ਪੁਰਾਣੇ ਟਾਈਮਾਂ ਦੇ ਵਿੱਚ। ਹੁਣ ਵਾਲੇ ਜਿਹੜੇ ਇੱਥੇ ਫਿਰਦੇ ਨੇ ਮੁੰਡੇ ਘੁੰਮਦੇ, ਹੈ ਤਾਂ ਜੈਨ ਧਰਮ ਨੂੰ ਬਿਲੋਂਗ ਕਰਦੇ ਨੇ ਪਰ ਹੈ ਦੂਜੇ ਨੇ, ਮਤਲਬ ਵੀ ਵਧੀਆ ਸ਼ਰਾਰਤੀ ਜੇ ਨੇ, ਅਤੇ ਨੰਗੇ ਪੈਰੀ ਕਰ ਰਹੇ ਨੇ ਟਰੈਕ। ਅਤੇ ਦੋਨੇ ਪਹਾੜਾਂ ਦੇ ਵਿੱਚ ਸਿੱਧਾ ਰਾਹ ਜਿਹੜਾ ਬਣਿਆ ਹੋਇਆ ਨਾ, ਸਿਰਫ ਇੰਨਾ ਕੀ ਆਲ ਆ। ਉਦੋਂ ਬਾਅਦ ਉੱਧਰ ਜਾਣ ਵਾਸਤੇ ਵੀ ਪੌੜੀਆਂ, ਅਤੇ ਇੱਧਰ ਜਾਣ ਵਾਸਤੇ ਵੀ ਉਹ ਧੁਰ ਤੱਕ ਪੌੜੀਆਂ। ਪੌੜੀਆਂ ਛੋਟੀਆਂ ਛੋਟੀਆਂ ਨੇ ਪਰ ਹੋਣਗੀਆਂ 2,250। ਅਤੇ ਇਹਨੇ ਇਹਨਾਂ ਦੋਨੇ ਪਹਾੜਾਂ ਦੇ ਉੱਤੇ ਕੀ ਕੁਛ ਦੇਖਣ ਵਾਲਾ ਉਹ ਤੁਹਾਨੂੰ ਪਹੁੰਚ ਕੇ ਦੱਸਾਂਗੇ। ਜਿਹੜਾ ਕੁਛ ਇੱਧਰਲੇ ਪਹਾੜ 'ਤੇ ਦੇਖਣ ਵਾਲਾ ਸੇਮ ਹੀ ਉਹ ਮੰਗੀ ਪਹਾੜ 'ਤੇ ਵੀ ਦੇਖਣ ਵਾਲਾ। ਠੀਕ ਆ, ਇਸ ਕਰਕੇ ਦੋਨਾਂ ਦੇ ਵਿੱਚੋਂ ਆਪਾਂ ਇੱਕ ਦੇਖ ਲਾਂਗੇ, ਅਤੇ ਜਿਹੜੀ ਸਟੈਚੂ ਆਪਾਂ ਦੇਖਣਾ ਉਹ ਸਭ ਤੋਂ ਐਂਡ 'ਤੇ ਦੇਖਾਂਗੇ, ਉਹ ਬਣਿਆ ਹੋਇਆ ਉਹ। ਠੀਕ ਆ, ਗਿਨਸ ਬੁੱਕ ਦੇ ਵਿੱਚ ਉਹਦਾ ਨਾਮ ਆ। ਆਲੇ ਦੁਆਲੇ ਯਾਰ ਹੋਰ ਹੀ ਮੀਂਹ ਵਾਲਾ ਮਾਹੌਲ ਜਿਹਾ ਬਣਿਆ ਪਿਆ, ਪਰ ਜ਼ਿਆਦਾ ਖੁੱਲ੍ਹਾ ਹੋਣ ਕਰਕੇ ਨਾ ਪੋਲਿਊਸ਼ਨ ਹੀ ਪੋਲਿਊਸ਼ਨ ਆ, ਇਹ ਹੋਰ ਕੁਛ ਨਹੀਂ। ਲਓ ਜੀ, 2,000 ਪੌੜੀ ਚੜ੍ਹ ਕੇ ਨਾ ਆਪਾਂ ਇੱਥੇ ਪਹੁੰਚ ਗਏ ਹਾਂ ਇਸ ਪਹਾੜ ਦੇ ਕੋਲ। ਇਹਦਾ ਨਾਮ ਹੈਗਾ ਤੂੰਗੀ, ਅਤੇ ਇੱਥੇ ਤੁਸੀਂ ਸ਼ੂਜ਼ ਲਾ ਕੇ ਆਪਦੇ ਉੱਪਰ ਦੀ ਰਾਊਂਡ ਕਰ ਸਕਦੇ ਹੋ, ਕਿਉਂਕਿ ਇਹ ਇੱਕ ਧਾਰਮਿਕ ਪਲੇਸ ਆ। ਸੌਕਸ ਵੀ ਉਤਾਰਨੀ ਆ, ਸੌਕਸ ਉਤਾਰ ਦੂੰ? ਠੀਕ ਹੈ ਬਾਈ, ਕਹਿੰਦਾ ਆਪਕੀ ਇੱਛਾ ਹੈ। ਚਲੋ ਉਤਾਰ ਦਿੱਤੇ, ਜੇ ਵੀ ਇੱਕ ਬੂਟ ਕਾ ਹੀ ਹਿੱਸਾ ਹੈ। ਅੱਛਾ, ਬਾਕੀ ਇੱਥੇ ਸੋਟੀਆਂ ਹੀ ਮਿਲ ਜਾਂਦੀਆਂ ਨੇ ਐਵੇਂ ਦੀਆਂ, 20-20 ਰੁਪਏ ਦੀਆਂ ਤੁਸੀਂ ਲੈ ਕੇ ਉੱਪਰ ਆ ਸਕਦੇ ਹੋ, ਅਤੇ ਆਪਾਂ ਲਈ ਨਹੀਂ ਹੈਗੀ ਸੋਟੀ। ਅਤੇ ਇਹ ਪਹਾੜ ਜਿਵੇਂ ਬਣਿਆ ਹੋਇਆ ਇਹਦੇ ਆਲੇ ਦੁਆਲੇ ਤੁਸੀਂ ਪਰਿਕਰਮਾ ਕਰ ਸਕਦੇ ਹੋ। ਠੰਡਾ ਠੰਡਾ ਪਹਾੜ ਆ, ਅਤੇ ਧੰਨ ਨੇ ਉਹ ਲੋਕ ਜਿਹੜੇ ਨੰਗੇ ਪੈਰੀ ਕਰ ਰਹੇ ਸੀ। ਨੰਗੇ ਪੈਰੀ ਕਰਨ ਵਾਲੇ ਸਾਰੇ ਜੈਨ ਧਰਮ ਨੂੰ ਬਿਲੋਂਗ ਕਰਦੇ ਨੇ, ਅਤੇ ਬਾਕੀ ਜਿਹੜੇ ਆਏ ਹੋਏ ਨੇ ਉਹਨਾਂ ਵਾਸਤੇ ਇਹ ਇੱਕ ਟਰੈਕ ਆ। ਅਤੇ ਇਸ ਪਹਾੜ ਦੇ ਵਿੱਚ ਕਿਹਾ ਜਾਂਦਾ ਛੋਟੀਆਂ ਛੋਟੀਆਂ ਗੁਫਾਵਾਂ ਬਣੀਆਂ ਹੋਈਆਂ ਨੇ, ਬੰਦਰ ਵਗੈਰਾ ਇੱਥੇ ਆਮ ਨੇ। ਅਤੇ ਆਹ ਦੇਖੋ, ਇਹਨਾਂ ਦੀ ਮੂਰਤੀ ਜਿਹੜੀ ਜੈਨ ਧਰਮ ਵਾਲਿਆਂ ਦੀ ਮੂਰਤੀ ਆ ਨਾ, ਉਹ ਜਿਵੇਂ ਮਹਾਤਮਾ ਬੁੱਧ ਜੀ ਦੀ ਮੂਰਤੀ ਹੁੰਦੀ ਆ ਨਾ, ਉਵੇਂ ਦੀ ਆ, ਆਪਸ ਦੇ ਨਾਲ ਥੋੜ੍ਹਾ ਜਿਹਾ ਮੇਲ ਖਾਂਦਾ। ਅਤੇ ਇੱਥੇ ਲਿਖਿਆ ਹੋਇਆ ਦਿਗੰਬਰ ਜੈਨ। ਠੀਕ ਆ, ਜੈਨ ਧਰਮ ਵਾਲਿਆਂ ਦੇ ਵਿੱਚ ਵੀ 2 ਤਰ੍ਹਾਂ ਦੇ ਹੁੰਦੇ ਨੇ ਲੋਕ, ਇੱਕ ਦਿਗੰਬਰ ਇੱਕ ਪਿਤਾਂਬਰ ਹੈ ਨਾ। ਇਹ ਸ਼ਾਇਦ ਦਿਗੰਬਰ ਦੀ ਆ ਜਿਹੜੀ ਜਗ੍ਹਾ ਬਣੀ ਹੋਈ ਆ। ਆਹ ਦੇਖੋ, ਇੱਧਰ ਵੀ ਉਵੇਂ ਮੂਰਤੀਆਂ ਛੋਟੀਆਂ ਛੋਟੀਆਂ। ਅਤੇ ਇਹਦੇ ਅੰਦਰ ਵੀ ਮੂਰਤੀਆਂ ਉਹੀ, ਅਸਲ ਦੇ ਵਿੱਚ ਕਿਹਾ ਜਾਂਦਾ ਨਾ ਇਹ ਮੂਰਤੀਆਂ ਜਿਹੜੀਆਂ ਹੈਗੀਆਂ ਨੇ
ਬਈ 5-5 ਹਜ਼ਾਰ ਸਾਲ ਪੁਰਾਣੀਆਂ ਨੇ ਤੇ ਇਹਦੇ ਅੰਦਰ ਗੁਫਾਵਾਂ ਬਣੀਆਂ ਹੋਈਆਂ ਨੇ ਦਿਗੰਬਰ ਵਾਲਿਆਂ ਦੀ ਇਹ ਠੀਕ ਆ ਤੇ ਠੀਕ ਆ ਸ਼੍ਰੀ ਤੁੰਗੀਗਿਰੀ ਦਿਗੰਬਰ ਜੈਨ ਗੁਫਾ ਗੁਫਾ ਬਣੀ ਹੋਈ ਆ ਇਹਦੇ ਅੰਦਰ ਭਗਤੀ ਕਰਦੇ ਹੋਣਗੇ ਤੇ ਇਹ ਵੀ 5 ਹਜ਼ਾਰ ਦੇ ਨੇੜੇ ਤੇੜੇ ਪੁਰਾਣੀਆਂ ਨੇ ਅਸਲ ਦੇ ਵਿੱਚ ਇਹਨੂੰ ਜਿੰਦੇ ਲਾ ਕੇ ਤਾਂ ਰੱਖਿਆ ਹੋਇਆ ਬਈ ਬਾਂਦਰ ਨਾ ਐਂਟਰ ਕਰ ਜਾਣ ਜਿੰਦਾ ਹੀ ਲੱਗਿਆ ਹੋਇਆ ਕੂੰਡਾ ਲੱਗਿਆ ਹੋਇਆ ਖੋਲ੍ਹ ਕੇ ਦੇਖ ਲੈਂਦੇ ਹਾਂ ਆਹ ਦੇਖੋ ਐਵੇਂ ਬਣੀਆਂ ਹੋਈਆਂ ਨੇ ਅਤੇ ਮੈਂ ਗੇਟ ਲਾ ਦਾਂ ਕਿਤੇ ਬਾਂਦਰ ਨਾ ਅੰਦਰ ਆ ਜਾਣ ਅਤੇ ਕਿਉਂਕਿ ਇੱਥੇ ਖਾਣ ਪੀਣ ਨੂੰ ਵੀ ਥੋੜ੍ਹਾ ਜਿਹਾ ਸਮਾਨ ਪਿਆ ਨਾ ਆਹ ਸੀ ਆਹ ਦੇਖੋ ਮਹਾਤਮਾ ਬੁੱਧ ਦੀ ਮੂਰਤੀ ਵਰਗੀ ਲੱਗਦੀ ਹੈ ਨਾ ਆਹ ਚੌਲ ਵਗੈਰਾ ਪਏ ਨੇ ਆਹ ਸਾਰੀਆਂ ਮੂਰਤੀਆਂ ਬਸ ਇਹਨਾਂ 'ਤੇ ਇਹਨਾਂ ਨੂੰ ਕਲਰ ਕੀਤਾ ਹੋਇਆ ਦੁਬਾਰੇ ਹੈ ਸਾਰੀਆਂ ਇਹ ਕਹਿੰਦੇ 5 ਹਜ਼ਾਰ ਤੋਂ ਵੀ ਪੁਰਾਣੀਆਂ ਨੇ ਜੇ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਜੈਨ ਧਰਮ ਵਾਲੇ ਕਹਿੰਦੇ ਸਾਡਾ ਧਰਮ ਸਭ ਤੋਂ ਪੁਰਾਣਾ ਚਲੋ ਜੀ ਅੰਦਰ ਲਗਾ ਕੇ ਦੇਖ ਲੈਣਾ ਹੈ ਨਾ ਕਈ ਬਾਂਦਰ ਚਲੇ ਜਾਏ ਅੰਦਰ ਹਾਂ ਅਤੇ ਬਸ ਇਹਦੇ ਉੱਪਰ ਦੀ ਹੁਣ ਆਪਾਂ ਪਰਿਕਰਮਾ ਕਰਨੀ ਆ ਇੱਧਰ ਵੀ ਮੂਰਤੀਆਂ ਅਤੇ ਇੱਕ ਆਹ ਝਾਕੀ ਜਾਂਦਾ ਮੇਰੇ ਕਣੀ ਅਤੇ ਹੁਣੇ ਹੁਣੇ ਆਪਾਂ ਉੱਪਰ ਜਾ ਕੇ ਆਏ ਹਾਂ ਤੁੰਗੀ ਪਹਾੜ ਦੇ ਉੱਤੇ ਅਤੇ ਬਾਈ ਆਪਣੇ ਨਾਲ ਸੀ ਸਰ ਕਹਾਂ ਸੇ ਹੋ ਆਪ ਮਾਲੇਗਾਓਂ ਬਾਈ ਉਹਰੇ ਮਹਾਰਾਸ਼ਟਰ ਤੋਂ ਨੇ ਅਤੇ ਮਾਂਗੀ ਪਹਾੜ ਦੇ ਉੱਤੇ ਅਸੀਂ ਦੋਨੇ ਜਾ ਕੇ ਆਏ ਫੋਟੋਆਂ ਰੀਲਾਂ ਰੂਲਾਂ ਖਿੱਚੀਆਂ ਨੇ ਅਤੇ ਇਹ ਵਾਲਾ ਤੁੰਗੀ ਥਾ ਹੈ ਨਾ ਰਾਈਟ ਹਾਂ ਇਹ ਵਾਲਾ ਅੱਛਾ ਮੈਂ ਵੀ ਹਿੰਦੀ ਬੋਲਣ ਲੱਗ ਗਿਆ ਇਹ ਵਾਲਾ ਤੁੰਗੀ ਪਹਾੜ ਆ ਅਤੇ ਦੂਸਰਾ ਪਹਾੜ ਹੈ ਮਾਂਗੀ ਤੁੰਗੀ ਅਤੇ ਮਾਂਗੀ ਦੇ ਉੱਤੇ ਜਿਹੜੇ ਚੀਜ਼ਾਂ ਨੇ ਉਹ ਸਾਰੀਆਂ ਸੇਮ ਨੇ ਬਿਲਕੁਲ ਸੇਮ ਹੈ ਨਾ ਦੇਖਣੇ ਵਾਲਾ ਮਤਲਬ ਇੱਕ ਪਹਾੜ 'ਤੇ ਜਾਤੇ ਤੋਂ ਦੂਸਰਾ ਮਤਲਬ ਆਪਣੇ ਆਪ ਕਵਰ ਹੈ ਠੀਕ ਹੈ ਜੀ ਇਹ ਚੀਜ਼ਾਂ ਸੀ ਬਾਈ ਹੋਰਾਂ ਨੇ ਸਾਨੂੰ ਦੱਸਤੀਆਂ ਅਤੇ ਹੁਣ ਆਪਾਂ ਇੱਥੋਂ ਸਿੱਧਾ ਜਿਹੜੀ ਟੋਲੈਸਟ ਸਟੈਚੂ ਬਣਿਆ ਹੋਇਆ ਵਰਲਡਸ ਟੋਲੈਸਟ ਸਟੈਚੂ ਅਤੇ ਉਹਨੂੰ ਦੇਖਣ ਚੱਲਾਂਗੇ ਆਪਾਂ ਠੀਕ ਆ ਇੱਥੋਂ ਨਿੰਬੂ ਪਾਣੀ ਪੀਣ ਲੱਗੇ ਹਾਂ ਅਤੇ ਤੁਹਾਨੂੰ ਸਿਰਫ ਇੱਥੇ ਨਿੰਬੂ ਪਾਣੀ ਮਿਲਣਾ 2-2.5 ਹਜ਼ਾਰ ਪੌੜੀ ਦਾ ਆਪਾਂ ਅਪ ਡਾਊਨ ਕਰ ਲਿਆ ਅਤੇ ਹੁਣ ਤੁਹਾਨੂੰ ਮੂਰਤੀ ਦਿਖਾ ਕੇ ਲੈ ਕੇ ਆਉਂਦੇ ਹਾਂ ਜਿਹੜੀ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਆ ਜੈਨ ਧਰਮ ਵਾਲਿਆਂ ਦੀ ਅਤੇ ਉੱਥੇ ਜਾਣ ਵਾਸਤੇ ਲਿਫਟ ਲੱਗੀ ਹੋਈ ਆ ਉੱਥੇ ਤੁਹਾਨੂੰ ਪੈਰ ਚੜ੍ਹਨ ਦੀ ਪੈਰ ਮਤਲਬ ਪੈਦਲ ਜਾਣ ਦੀ ਲੋੜ ਨਹੀਂ ਹੈਗੀ ਲਿਫਟ 'ਤੇ ਜਾ ਸਕਦੇ ਹੋ ਅਤੇ ਬਾਕੀ ਹੋਰ ਖਾਸੀਅਤ ਹੋਰ ਗੱਲਾਂ ਬਾਤਾਂ ਤੁਹਾਨੂੰ ਉੱਥੇ ਪਹੁੰਚ ਕੇ ਦੱਸਾਂਗੇ ਅਤੇ ਇੱਥੇ ਲੱਗੀਆਂ ਹੋਈਆਂ ਨੇ ਲਿਫਟਾਂ ਇੱਧਰਲੇ ਪਾਸੇ ਆਪਾਂ ਲਿਫਟ ਚੜ੍ਹ ਕੇ ਆਏ ਹਾਂ ਅਤੇ ਲਿਫਟ ਚੜ੍ਹਨ ਤੋਂ ਬਾਅਦ ਇਹ ਆ ਜੀ ਉਹ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਅਤੇ ਦਿਗੰਬਰ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਇਹਦੇ ਵਿੱਚ ਦੋ ਸਮਾਜ ਆਉਂਦੇ ਨੇ ਜੈਨ ਧਰਮ ਦੇ ਵਿੱਚ ਪਿਤਾਂਬਰ ਅਤੇ ਇੱਕ ਦਿਗੰਬਰ ਇਹ ਜਿੰਨੇ ਵੀ ਦਿਗੰਬਰ ਫੈਮਲੀਆਂ ਨੇ ਜੈਨ ਧਰਮ ਵਾਲੀਆਂ ਉਹਨਾਂ ਨੇ ਰਲ ਕੇ ਬਣਾਈ ਆ ਅਤੇ ਇੱਥੇ ਆ ਕੇ ਪਤਾ ਲੱਗਿਆ ਕਿ ਇਹ 2002 'ਚ ਬਾਨੀ ਸ਼ੁਰੂ ਹੋਈ ਸੀ ਅਤੇ 2016 ਦੇ ਵਿੱਚ ਬਣ ਕੇ ਤਿਆਰ ਹੋਈ ਆ ਅਤੇ ਇਹ ਮੂਰਤੀ ਕਿਤੋਂ ਵੀ ਬਾਹਰੋਂ ਨਹੀਂ ਲਿਆਂਦੀ ਗਈ ਮੰਨ ਲਓ ਇਹ ਪਹਾੜ ਆ ਤਾਂ ਇਹ ਪਹਾੜ ਦੀ ਕੱਟ ਵੱਢ ਕਰਕੇ ਇਹਦੇ ਉੱਤੇ ਮੂਰਤੀ ਘੜਤੀ ਇਹ ਤਾਂ ਕਰਕੇ ਇਹਨੂੰ ਇੰਨਾ ਟਾਈਮ ਲੱਗਿਆ ਟੋਟਲ ਇਹ ਮੂਰਤੀ 108 ਫੁੱਟ ਦੀ ਆ ਪਰ ਜੇ ਥੱਲੋਂ ਜਿੱਥੋਂ ਪੈਰਾਂ ਤੋਂ ਥੱਲੇ ਥੜਾ ਜਿਹਾ ਬਣਾਇਆ ਹੋਇਆ ਉੱਥੋਂ ਜੇ ਵੀ ਇਹਨੂੰ ਕਾਊਂਟ ਕਰੀਏ ਨਾ ਤਾਂ ਟੋਟਲ ਇਹ 121 ਫੁੱਟ ਦੀ ਬਣਦੀ ਆ ਪੈਰਾਂ ਕੋਲੋਂ ਲਾ ਕੇ ਅਤੇ ਖਾਸੀ ਵੱਡੀ ਗੱਲਬਾਤ ਆ ਹੈ ਨਾ ਇੱਧਰ ਇਹਨਾਂ ਦਾ ਆਫਿਸ ਬਣਿਆ ਹੋਇਆ ਸਾਹਮਣੇ ਇੱਥੋਂ ਅੱਗੇ ਤੁਸੀਂ ਜਾ ਨਹੀਂ ਸਕਦੇ ਫੋਟੋਆਂ ਵਗੈਰਾ ਇੱਥੋਂ ਖਿੱਚ ਸਕਦੇ ਹੋ ਅਤੇ ਜਿਹੜੇ ਪਹਾੜਾਂ ਦੀ ਗੱਲ ਕਰ ਰਹੇ ਨੇ ਇਹ ਪਹਾੜ ਕਹਿੰਦੇ ਲੱਖਾਂ ਸਾਲ ਪੁਰਾਣੇ ਪਹਾੜ ਨੇ ਅਤੇ ਰਿਸ਼ੀਆਂ ਮੁਨੀਆਂ ਦੀ ਧਰਤੀ ਆ ਇਹ ਜਿਵੇਂ ਤੁਹਾਨੂੰ ਸ਼ੁਰੂ 'ਚ ਹੀ ਵਲੋਗ 'ਤੇ ਮੈਂ ਦੱਸ ਕੇ ਹਟਿਆ ਅਤੇ ਦੂਜੀ ਗੱਲ ਇਹ ਕਹੀ ਜਾਂਦਾ ਕਿ ਇਹ ਜਿਨ੍ਹਾਂ ਦੇ ਨਾ ਕੀ ਨਾਮ ਆ ਜੈਨ ਧਰਮ ਵਾਲਿਆਂ ਦੇ ਟੋਟਲ 24 ਗੁਰੂ ਹੋਏ ਨੇ ਅਤੇ ਇਹਨਾਂ ਦਾ ਜਨਮ ਕਿਹਾ ਜਾਂਦਾ ਉੱਤਰ ਪ੍ਰਦੇਸ਼ ਦੇ ਵਿੱਚ ਅਯੋਧਿਆ ਦੇ ਵਿੱਚ ਹੋਇਆ ਸੀ ਅਤੇ ਬਾਕੀ ਹਿਸਟਰੀ ਉਸ ਬੋਰਡ 'ਤੇ ਲਿਖੀ ਹੋਈ ਆ 2002 ਦੇ ਵਿੱਚ ਇਹਨੂੰ ਬਣਾਉਣ ਦਾ ਕੰਮ ਸ਼ੁਰੂ ਕਰਤਾ ਸੀ ਅਤੇ 2016 ਤੱਕ ਇਹ ਬਣ ਕੇ ਤਿਆਰ ਹੋ ਗਈ ਸੀ ਠੀਕ ਆ ਬਾਕੀ ਤੁਸੀਂ ਸਕਰੀਨਸ਼ੋਟ ਲੈ ਕੇ ਪੜ੍ਹ ਲਿਓ ਅਤੇ ਹਾਈਟ ਵਗੈਰਾ ਸਾਰਾ ਕੁਝ ਪੌੜੀਆਂ ਵਗੈਰਾ ਉਹ ਦੱਸਦਾ ਸੀ ਇਹ ਗੱਲਾਂ ਬਾਤਾਂ ਅਤੇ ਥੱਲੇ ਆ ਬਾਈ ਬੈਠੇ ਨੇ ਸਾਰੇ ਠੀਕ ਹੈ ਹਾਂ ਇਹ ਅਰਸ਼ ਬਾਈ ਆ ਜੋ ਕਪਿਲ ਸ਼ਰਮਾ ਸ਼ੋਅ ਮੇਂ ਯਹੀ ਬਾਈ ਆਤਾ ਹੈ ਨਾ ਹਾਂ ਗੁੱਥੀ ਦਾਦੀ ਕਪਿਲ ਸ਼ਰਮਾ ਕੀ ਦਾਦੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਹੁਣ ਦਰਸ਼ਨ ਕਰਕੇ ਵਾਪਸ ਆ ਗਏ ਹਾਂ ਅਤੇ ਅਸਲ ਦੇ ਵਿੱਚ ਜਿਹੜੀ ਸਵੇਰੇ 200 ਰੁਪਏ ਦੀ ਪਰਚੀ ਕੱਟਦੇ ਨੇ ਨਾ ਉਹ ਪਰਚੀ ਤੁਹਾਨੂੰ ਸਾਂਭ ਕੇ ਰੱਖਣੀ ਪੈਂਦੀ ਆ ਕਿਉਂਕਿ ਜਦੋਂ ਤੁਸੀਂ ਵਾਪਸ ਆਓਗੇ
ਤਾਂ ਗੱਡੀਆਂ 'ਚ ਬੈਠਣ ਵੇਲੇ ਚੈੱਕ ਕਰਦੇ ਨੇ, ਠੀਕ ਆ। ਪਰ ਮੇਰਾ ਕੀ ਹੋਇਆ ਸੀ ਕਿ ਮੇਰੀਆਂ ਪਰਚੀਆਂ ਖੋ ਗਈਆਂ, ਅਤੇ ਫਿਰ ਹੁਣ ਇੱਥੇ ਬੰਦਾ, ਮੈਂ ਇੱਕੋ ਹੀ ਸਰਦਾਰ ਸੀ, ਇਹਨਾਂ ਨੇ ਕਿਹਾ ਵੀ ਹਾਂ ਬਾਈ ਬੰਦਾ ਆਇਆ ਉਹ ਪਰਚੀ ਕਟਾ ਕੇ, ਅਤੇ ਮੈਨੂੰ ਜਾਣ ਦੇ ਤਾ ਸੀ। ਹੁਣ ਬਾਈ ਹੋਰਾਂ ਨੂੰ ਫਿਰ ਚੈੱਕ ਕਰਾਉਣਾ ਪਊਗਾ ਪਰਚੀ। ਯਾਰ ਬਾਈ ਬਤਾਣਾ ਇਨਕੋ ਮਰਾਠੀ ਮੇਂ ਚਲੋ, ਠੀਕ ਹੈ ਜੀ। ਅਤੇ ਬਾਈ ਨੇ ਦੱਸਤਾ ਉਹਨਾਂ ਨੂੰ ਵੀ ਪਰਚੀ ਖੋ ਗਈ ਸੀ, ਅਤੇ ਹੁਣ ਆਪਾਂ ਨੂੰ ਇੱਥੋਂ ਐਂਟਰੀ ਮਿਲ ਗਈ, ਇਸ ਕਰਕੇ ਉਹ ਪਰਚੀ ਸਾਂਭ ਕੇ ਰੱਖਿਓ। 20 ਰੁਪਏ ਵਾਲੀ ਪਰਚੀ ਦਾ ਕੋਈ ਚੱਕਰ ਨਹੀਂ। ਇਹੀ ਸੀ ਜੀ ਅੱਜ ਦੀ ਵੀਡੀਓ ਦੇ ਵਿੱਚ। ਸ਼ਾਮ ਨੂੰ 5 ਵਜੇ ਇਹ ਬੰਦ ਹੋ ਜਾਂਦਾ, ਅਤੇ ਟਾਈਮਿੰਗ ਇਹਨਾਂ ਦੀ ਕੋਈ ਨਹੀਂ ਹੈਗੀ, ਕੋਈ ਲੰਚ ਟਾਈਮ ਨਹੀਂ, ਕੁਛ ਨਹੀਂ ਹੈਗਾ। ਗੱਡੀਆਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਚੱਲਦੀਆਂ ਰਹਿੰਦੀਆਂ ਨੇ। ਜੇ ਇਕੱਠ ਜ਼ਿਆਦਾ ਹੋ ਜਾਂਦਾ ਕਹਿੰਦੇ ਫਿਰ ਅਸੀਂ ਇੱਕ ਹੀ ਕਰਕੇ ਲੰਚ ਕਰਨ ਜਾ ਵੜਦੇ ਹਾਂ, ਪਰ ਜਿਹੜੇ ਇੱਥੇ ਸੰਗਤ ਆਉਂਦੀ ਆ ਉਹਨਾਂ ਦੀ ਅਸੀਂ ਵੇਟ ਨਹੀਂ ਕਰਵਾਉਂਦੇ। ਇੱਧਰਲੇ ਪਾਸੇ ਸ਼ੈਲਟਰ ਬਣੀ ਜਾ ਰਹੇ ਨੇ, ਆਉਣ ਵਾਲੇ ਟਾਈਮਾਂ ਦੇ ਵਿੱਚ ਇੱਥੇ ਵਧੀਆ ਲੋਕਾਂ ਨੂੰ ਰਿਹਾਇਸ਼ ਦਾ ਪ੍ਰਬੰਧ ਕਰ ਦੇਣਗੇ। ਫਿਲਹਾਲ ਇੱਥੋਂ ਦੇ ਜਿਹੜੇ ਲੋਕਲ ਜੈਨ ਲੋਕ ਨੇ ਉਹ ਇੱਥੇ ਮੱਥਾ ਟੇਕਣ ਆਉਂਦੇ ਨੇ, ਅਤੇ 90% ਇੱਥੇ ਜੈਨ ਲੋਕ ਹੀ ਸੀ, ਅਤੇ ਉਹਨਾਂ ਦੇ ਰਹਿਣ ਵਾਸਤੇ ਇੱਥੇ ਪ੍ਰੈਫਰੈਂਸ ਵੀ ਉਹਨਾਂ ਵਾਸਤੇ ਆ ਜ਼ਿਆਦਾ। ਬਾਕੀ ਇੱਕ ਗੱਲ ਹੋਰ ਵੀ ਆ ਵੀ ਮੂਰਤੀਆਂ ਦੇ ਉੱਤੇ ਜਿਵੇਂ ਕੱਪੜੇ ਨਹੀਂ ਪਾਏ ਹੋਏ, ਹੈ ਨਾ, ਤਾਂ ਅਸਲ ਦੇ ਵਿੱਚ ਇਹਦਾ ਕਾਰਨ ਇੱਕ ਇਹ ਆ ਵੀ ਇਹ ਕੱਪੜੇ ਵੀ ਨਹੀਂ ਪਾਉਂਦੇ ਹੁੰਦੇ ਸੀ। ਇਹ ਕਹਿੰਦੇ ਵੀ ਜਦੋਂ ਕੱਪੜੇ ਪਾਵਾਂਗੇ ਕੱਪੜੇ ਗੰਦੇ ਹੋਣਗੇ, ਉਹਨਾਂ ਦੇ ਕੀਟਾਣੂ ਚਿੰਬੜਨਗੇ, ਅਤੇ ਕੱਪੜੇ ਧੋਵਾਂਗੇ ਅਤੇ ਉਦੋਂ ਬਾਅਦ ਫਿਰ ਉਹ ਕੀਟਾਣੂ ਮਰਨਗੇ, ਠੀਕ ਆ। ਤਾਂ ਉਹ ਚੀਜ਼ਾਂ ਦਾ ਸਾਰਾ ਕੁਛ ਇੱਕੋ ਹੀ ਚੀਜ਼ ਹੁੰਦੀ ਸੀ, ਮਤਲਬ ਨਾ ਕੱਪੜੇ ਪਾਉਣੇ, ਨਾ ਪੈਰਾਂ 'ਚ ਜੁੱਤੀ ਪਾਉਣੀ, ਕਿਸੇ ਵੀ ਚੀਜ਼ ਤੋਂ ਇਹ ਡਰਦੇ ਸੀ ਵੀ ਯਾਰ ਸਾਡੇ ਕੋਲੋਂ ਕੋਈ ਜੀਵ ਹੱਤਿਆ ਨਾ ਹੋ ਜੇ। ਇਹ ਚੀਜ਼ਾਂ ਨੂੰ ਸੰਬੰਧਿਤ ਗੁਰੂ ਨਾਨਕ ਦੇਵ ਜੀ ਨਾਲ ਵੀ ਬਹੁਤ ਵੱਡੇ ਜਿਹੜੇ ਜੈਨੀ ਹੋਏ ਸੀ ਉਹ ਟਾਈਮਾਂ 'ਚ ਸੰਤ ਹੋਏ ਸੀ ਗੁਰੂ ਨਾਨਕ ਦੇਵ ਜੀ ਦੇ ਟਾਈਮ ਵੇਲੇ, ਹੈ ਨਾ, ਅਤੇ ਉਦੋਂ ਉਹਨਾਂ ਨਾਲ ਵੀ ਗੁਰੂ ਨਾਨਕ ਦੇਵ ਜੀ ਦਾ ਵਿਚਾਰ ਵਟਾਂਦਰਾ ਹੋਇਆ ਸੀ, ਤਾਂ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਦੱਸ ਕੇ ਵੀ ਆਏ ਸੀ, ਹੈ ਨਾ, ਸਾਰਾ। ਅਤੇ ਉਹਦੇ ਬਾਰੇ ਵੀ ਇੱਕ ਗੁਰਦੁਆਰਾ ਕੁਲਾਇਤ ਦੇ ਨਾਲ ਇਤਿਹਾਸ ਜੁੜਦਾ ਜੈਨੀਆਂ ਦਾ, ਅਤੇ ਜੈਨੀਆਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਆਉਂਦਾ, ਬਾਣੀ ਦੇ ਵਿੱਚ ਵੀ ਆਉਂਦਾ ਜੈਨੀਆਂ ਦਾ ਨਾਮ, ਅਤੇ ਉਹ ਸਾਰਾ ਇਤਿਹਾਸ, ਹੈ ਨਾ, ਇੱਕ ਤਰ੍ਹਾਂ ਦਾ ਮੈਂ ਕਨੈਕਟਡ ਹੈਗਾ। ਜਿਹੜਾ ਇਹ ਚੀਜ਼ਾਂ ਨੂੰ ਲੈ ਕੇ ਪਰਹੇਜ਼ ਰੱਖਦੇ ਸੀ, ਅੱਜ ਦੀ ਡੇਟ ਦੇ ਵਿੱਚ ਥੋੜ੍ਹਾ ਜਿਹਾ ਹੈਗਾ ਵੀ ਕੱਪੜਾ ਲੀੜਾ ਚਲੋ ਪਾਉਂਦੇ ਨੇ, ਪਰ ਖਾਣ ਪੀਣ ਵਾਲਾ ਵੀ ਹਜੇ ਇਹਨਾਂ ਦਾ ਉਵੇਂ ਬਾਹਲਾ, ਮਤਲਬ ਮੈਂ ਕੀ ਕਹਿ ਸਕਦਾ ਵੀ ਸੈਂਸਿਟਿਵ ਕੰਮ ਆ, ਹੈ ਨਾ। ਅਤੇ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕਰ ਦਿਓ। ਨਵੀਂ ਵੀਡੀਓ ਦੇ ਨਾਲ ਕੱਲ੍ਹ ਨੂੰ ਫਿਰ ਮਿਲਦੇ ਹਾਂ। ਇੱਥੋਂ ਆਪਣਾ ਸਫ਼ਰ ਰਹੂਗਾ ਜੀ ਮਨਮਾੜ ਵੱਲ ਦਾ। ਮਨਮਾੜ ਇੱਥੋਂ ਕਿੰਨੇ ਕਿਲੋਮੀਟਰ ਆ, 100 ਕਿਲੋਮੀਟਰ ਦੇ ਨੇੜੇ ਤੇੜੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।